कुछ पैसे मौजूद नहीं, तो है ट्रक इंडस्ट्री। पर बिना मेहनत ऐसे कुछ भी नसीब नहीं हो सकता। यहां बुजुर्गों का कहना है कि रब भी उसकी ही मदद करता है जो अपनी मदद खुद करता है। सो ट्रकिंग इंडस्ट्री में जेकर तुसी अपना आप एक वेख रहे हो, चंगी गल है, पर नाल ही तुहानू कई खास गलों का ध्यान भी जरूर रखना होगा। गल भावे ट्रक कंपनी खोलण की होवे जां फिर गल होवे ट्रक ड्राइवर बनने की, बिना किसी सलाह मशवरे तो इस काम में दाखिल होना घाटे का सौदा जरूर बन सकता है। इसलिए तुहाडे सवालों का जवाब देने लई हाजिर हाँ मैं लैके नॉर्थ अमेरिकन ट्रकिंग शो, जिस विच साडे सवालों का जवाब देणगे तजर्बेकार लोग। अज मेरे नाल खुद मौजूद ने सरदार रजिंदर सिंह टांडा जी स्टॉकटन तो, जो कि ग्लोबल ट्रक परमिट से ओनर ने। ट्रक परमिट की लोड़ हो, ट्रक लाइसेंस प्लेट्स और कंप्लायंस सर्विसेज विच पिछले 15 सालों तो पंजाबी भरावां दी सेवा कर रहे हैं। फिर गल भावें होवे ड्यूटी नंबर की, एमसी नंबर की, आईएफपी प्लेट की, न्यू मैक्सीको परमिट की, सीए नंबर की, या फिर आईएफटीए परमिट से, इन्हों को हर सवाल का बखूबी जवाब मौजूद है। बहुत बहुत स्वागत है रजिंदर सिंह टाणा साहब थोड़ा इस खास नॉर्थ अमेरिकन ट्रकिंग शो विच। ਬਿੰਦਰ ਸਿੰਘ ਜੀ, ਤੁਹਾਨੂੰ ਔਰ ਤੁਹਾਡੇ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਔਰ ਤੁਹਾਡੀ ਸਾਰੀ ਚੜ੍ਹਦੀ ਕਲਾ ਦੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ, ਹਮੇਸ਼ਾ ਦੀ ਤਰ੍ਹਾਂ ਅਸੀਂ ਇੱਕ ਵਾਰ ਫਿਰ ਜਿਹੜੇ ਆਪ ਸਾਡੇ ਟਰੱਕ ਡਰਾਈਵਰ ਦੇ ਟਰੱਕ ਭਰਾ ਨੇ ਟਰੱਕ ਡਰਾਈਵਰ ਭਰਾ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਅਸੀਂ ਜ਼ਰੂਰ ਦਵਾਂਗੇ, ਪਰ ਨਾਲ ਹੀ ਨਾਲ ਕੁਝ ਅਜਿਹੀਆਂ ਨਵੀਆਂ ਗੱਲਾਂ ਵੀ ਹਮੇਸ਼ਾ ਸਾਡੇ ਸਾਹਮਣੇ ਆ ਖੜੀਆਂ ਹੁੰਦੀਆਂ ਨੇ। ਸਰਕਾਰ ਦੇ ਜਿਹੜੇ ਨਵੇਂ ਲਾਅ ਬਣਦੇ ਨੇ ਜਾਂ ਫਿਰ ਲਾਅ ਵਿੱਚ ਜੋ ਉਥਲ ਪੁਥਲ ਹੁੰਦੇ ਰਹਿੰਦੇ ਨੇ, ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਅਸੀਂ ਟਾਂਡਾ ਸਾਹਿਬ ਤੋਂ ਲੈਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਟਾਂਡਾ ਸਾਹਿਬ, ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਟਰਕਿੰਗ ਕੰਪਨੀ ਦੀ ਸ਼ੁਰੂਆਤ ਕਰਨ ਸਮੇਂ ਸਭ ਤੋਂ ਜ਼ਿਆਦਾ ਜ਼ਰੂਰੀ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ, ਜੇਕਰ ਕੋਈ ਸ਼ਖਸ, ਕੋਈ ਆਪਣਾ ਸਾਡਾ ਜਿਹੜਾ ਭਰਾ ਹੈਗਾ ਟਰਕਿੰਗ ਕੰਪਨੀ ਦੀ ਆਪਣੀ ਸ਼ੁਰੂਆਤ ਕਰਨਾ ਚਾਹੁੰਦਾ ਹੋਵੇ, ਸਭ ਤੋਂ ਪਹਿਲਾਂ ਤਾਂ ਇਸ ਅਹਿਮ ਸਵਾਲ ਦਾ ਜਵਾਬ ਤੁਹਾਡੇ ਤੋਂ ਹਾਸਲ ਕਰਨਾ ਚਾਹਾਂਗੇ। ਪਲਿੰਦਰ ਸਿੰਘ ਜੀ, ਬਹੁਤ ਤੁਸੀਂ ਬੜਾ ਵਧੀਆ ਸਵਾਲ ਕੀਤਾ ਹੈ। ਮੇਰਾ ਅਕਸਰ ਇਹ ਕਹਿਣਾ ਹੈ, ਜਦੋਂ ਵੀ ਮੇਰੇ ਕੋਲ ਕਦੇ ਵੀ ਇਹ ਕੋਈ ਸਵਾਲ ਪੁੱਛਦਾ ਹੈ, ਈਵਨ ਮੇਰੇ ਕੋਲ ਕਸਟਮਰ ਜਾਂ ਕੋਈ ਹੋਰ ਸੱਜਣ ਮਿੱਤਰ ਜਾਂ ਕੋਈ ਵਾਕਫ ਜਾਂ ਇਸ ਇੰਡਸਟਰੀ ਨਾਲ ਰਿਲੇਸ਼ਨ ਰੱਖਣ ਵਾਲਾ ਕੋਈ ਵੀ ਇਨਸਾਨ ਜਦੋਂ ਮੇਰੇ ਕੋਲ ਇਹ ਸਵਾਲ ਪੁੱਛਦਾ, ਤਾਂ ਮੇਰੀ ਸਭ ਤੋਂ ਪਹਿਲੀ ਜਿਹੜੀ ਜਵਾਬ ਹੁੰਦਾ, ਜਿਹੜਾ ਮੇਰਾ ਪਹਿਲਾ ਜਵਾਬ ਹੁੰਦਾ ਜਾਂ ਮੇਰੀ ਸਭ ਤੋਂ ਜ਼ਿਆਦਾ ਜ਼ੋਰ ਹੁੰਦਾ, ਉਹ ਇਸ ਗੱਲ ਤੇ ਹੁੰਦਾ ਕਿ ਟਰੱਕਿੰਗ ਇੰਡਸਟਰੀ ਵਿੱਚ ਜੇਕਰ ਅਸੀਂ ਗਰੋ ਕਰਨਾ ਚਾਹੁੰਦੇ ਹਾਂ, ਜੇਕਰ ਅਸੀਂ ਆਪਣੇ ਪੈਰ ਇਸ ਇੰਡਸਟਰੀ ਵਿੱਚ ਜਮਾਉਣੇ ਚਾਹੁੰਦੇ ਹਾਂ, ਤਾਂ ਸਭ ਤੋਂ ਪਹਿਲਾਂ ਟਰੱਕ ਕੰਪਨੀ ਵਿੱਚ ਜਾਣ ਵਾਸਤੇ, ਟਰੱਕਿੰਗ ਕੰਪਨੀ ਸਟਾਰਟ ਕਰਨ ਵਾਸਤੇ, ਜਿਹੜੀ ਪਹਿਲੀ ਇੰਪੋਰਟੈਂਟ ਕਹਿ ਲਓ ਕਿ ਜਿਹੜੀ ਹਰਡਲ ਹੈਗੀ ਹੈ, ਉਹ ਹੈ ਡਰਾਈਵਰ ਹਾਇਰਿੰਗ। ਸਾਡੀ ਜਿਹੜੀ ਡਰਾਈਵਰ ਹਾਇਰਿੰਗ ਆ, ਡਰਾਈਵਰ ਨੂੰ ਕਿਵੇਂ ਹਾਇਰ ਕਰਨਾ, ਉਹਦੀ ਡਰਾਈਵਰ ਕੁਆਲੀਫਿਕੇਸ਼ਨ ਜਿਹੜੀ ਹੈ ਉਹ ਕਿਵੇਂ ਚੈੱਕ ਕਰਨੀ, ਡਰਾਈਵਰ ਨੂੰ ਕਿਵੇਂ ਉਹਦਾ ਦੇਖਣਾ ਕਿ ਉਹਦੀ ਬੈਕਗ੍ਰਾਉਂਡ ਕੀ ਹੈ, ਜਾਂ ਸਾਰਾ ਕੁਝ ਉਹਦਾ ਜੋ ਡਰਾਈਵਰ ਦੀ ਜਿਹੜੀ ਕਸ਼ਮਤਾ ਹੈ, ਜਿਹੜੀ ਉਹਦੀ ਸ਼ਮਤਾ ਹੈਗੀ ਹੈ ਡਰਾਈਵਰ ਦੀ, ਉਹਨੂੰ ਪਰਖਣਾ, ਤੇ ਉਹਨੂੰ ਪਰਖਣ ਤੋਂ ਬਾਅਦ ਆਪਣੀ ਟਰੱਕਿੰਗ ਵਾਸਤੇ ਜਾਂ ਆਪਣੀ ਕੰਪਨੀ ਵਾਸਤੇ ਫਿੱਟ ਸਮਝਣਾ, ਜਿਹੜਾ ਇਹ ਪ੍ਰੋਸੈਸ ਹੈਗਾ, ਇਹ ਕਾਫੀ ਲੰਬਾ ਪ੍ਰੋਸੈਸ ਆ। ਇਹ ਪ੍ਰੋਸੈਸ ਜਿਹੜੀਆਂ ਕੰਪਨੀਆਂ ਸਟਾਰਟਿੰਗ ਵਿੱਚ ਚੰਗੀ ਤਰ੍ਹਾਂ ਨਿਭਾਉਂਦੀਆਂ ਹਨ, ਉਹ ਕੰਪਨੀਆਂ ਇੱਕ ਸਮੇਂ ਤੋਂ ਬਾਅਦ ਜਾ ਕੇ ਗਰੋ ਕਰਦੀਆਂ ਨੇ। ਸ਼ੁਰੂ ਵਿੱਚ ਇਹ ਥੋੜਾ ਔਖਾ ਜ਼ਰੂਰ ਲੱਗਦਾ, ਪਰ ਜਿਹਨਾਂ ਕੰਪਨੀਆਂ ਨੇ ਆਪਣੇ ਜਿਹੜੇ ਸਿਸਟਮ ਹੈਗੇ ਆ ਬੜੇ ਰਿਫਾਈਨ ਕੀਤੇ ਆ, ਜਿਹਨਾਂ ਕੰਪਨੀਆਂ ਨੇ ਆਪਣੇ ਆਪ ਨੂੰ ਇੱਕ ਸਟੈਂਡਰਡ ਦੇ ਉੱਤੇ ਰੱਖਿਆ ਕਿ ਅਸੀਂ ਇਸ ਸਟੈਂਡਰਡ ਤੋਂ ਘੱਟ ਜਾ ਕੇ ਡਰਾਈਵਰ ਨੂੰ ਨਹੀਂ ਹਾਇਰ ਕਰਨਾ, ਉਹ ਕੰਪਨੀਆਂ ਸ਼ੁਰੂ ਵਿੱਚ ਜ਼ਰੂਰ ਮੁਸ਼ਕਲਾਂ ਫੇਸ ਕਰਦੀਆਂ, ਪਰ ਅਲਟੀਮੇਟਲੀ ਉਹੀ ਕੰਪਨੀਆਂ ਜਿਹੜੀਆਂ ਉਹ ਵਿਨਰ ਹੁੰਦੀਆਂ, ਉਹੀ ਕੰਪਨੀਆਂ ਜਿਹੜੀਆਂ ਉਹ ਆਪਣੇ ਇਸ ਇੰਡਸਟਰੀ ਵਿੱਚ ਪੱਕੇ ਪੈਰ ਜਮਾਉਂਦੀਆਂ। ਬਿਲਕੁਲ, ਤੁਸੀਂ ਹੁਣੇ ਗੱਲ ਕੀਤੀ ਹੈਗੀ ਡਰਾਈਵਰ ਦੀ ਹਾਇਰਿੰਗ ਦੀ, ਅਸੀਂ ਗੱਲ ਕੀਤੀ ਹੈ ਤੁਸੀਂ ਹੁਣੇ, ਤੇ ਡਰਾਈਵਰ ਦੀ ਜੇਕਰ ਹਾਇਰਿੰਗ ਦਾ ਜਿਹੜਾ ਸਮਾਂ ਹੁੰਦਾ ਹੈ ਕਿੰਨਾ ਅਹਿਮ ਹੁੰਦਾ ਹੈ, ਕਿਉਂਕਿ ਔਰ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਜਿਹੜੀ ਹੈ ਟਰੱਕਿੰਗ ਕੰਪਨੀ ਨੂੰ ਰੱਖਣਾ ਚਾਹੀਦਾ ਹੈ ਜਦੋਂ ਕਿਸੇ ਨਵੇਂ ਟਰੱਕ ਡਰਾਈਵਰ ਨੂੰ ਹਾਇਰ ਕਰਦੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਦੋਂ ਡਰਾਈਵਰ ਤੁਹਾਡੇ ਕੋਲ ਆਉਂਦਾ, ਤੇ ਇੱਕ ਪ੍ਰੋਪਰ ਐਪਲੀਕੇਸ਼ਨ ਫੈਡਰਲ ਮੋਟਰ ਕੈਰੀਅਰ ਨੇ ਡਿਜ਼ਾਈਨ ਕੀਤੀ ਹੈ, ਉਹਦੇ ਵਿੱਚ ਸਾਰੀਆਂ ਜਿਹੜੀਆਂ ਫਾਰਮੈਲਿਟੀਜ਼ ਬੜੀਆਂ ਤਰੀਕੇ ਦੇ ਨਾਲ ਡਿਫਾਈਨ ਕੀਤੀਆਂ ਕਿ ਡਰਾਈਵਰ ਜਿਹੜਾ ਆ ਉਹਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਕਿਹੋ ਜਿਹਾ ਡਰਾਈਵਰ ਅਸੀਂ ਹਾਇਰ ਕਰਨਾ। ਇਹ ਬਹੁਤ ਸੋਹਣੀਆਂ ਗਾਈਡਲਾਈਨ ਜਿਹੜੀਆਂ ਹੈਗੀਆਂ, ਜਾਂ ਐਸੇ ਲਾਅ ਬਣਾਏ ਆ ਕਿ ਫਲਾਨਾ ਫਲਾਨਾ ਡਾਕੂਮੈਂਟ ਜਿਹੜਾ ਉਹ ਡਰਾਈਵਰ ਦਾ ਤੁਹਾਨੂੰ ਕੰਪਲੀਟ ਕਰਨਾ ਜ਼ਰੂਰੀ ਹੈ। ਔਰ ਅਗਰ ਅਸੀਂ ਉਹ ਸਾਰੇ ਡਾਕੂਮੈਂਟ ਪ੍ਰੋਪਰਲੀ ਮੇਨਟੇਨ ਕਰਦੇ ਹਾਂ, ਸਾਰੇ ਡਾਕੂਮੈਂਟਸ ਨੂੰ ਅਸੀਂ ਪ੍ਰੋਪਰਲੀ ਵਾਚਦੇ ਹਾਂ, ਤਾਂ ਮੇਰੇ ਖਿਆਲ ਨਾਲ ਕੋਈ
ਅੱਗੇ ਜਾ ਕੇ ਕਿਸੇ ਵੀ ਕਿਸਮ ਦੀ ਕੋਈ ਬਹੁਤੀ ਵੱਡੀ ਪ੍ਰੋਬਲਮ ਨਹੀਂ ਆਉਂਦੀ। ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਜਦੋਂ ਇੱਕ ਡਰਾਈਵਰ ਤੁਹਾਡੇ ਕੋਲ ਆਉਂਦਾ ਤੇ ਡਰਾਈਵਰ ਦੀ ਜਿਹੜੀ ਐਪਲੀਕੇਸ਼ਨ ਹੈ ਉਹ ਇਸ ਹਾਇਰਿੰਗ ਪ੍ਰੋਸੈਸ ਦੀ ਬੈਕਬੋਨ ਹੈ। ਠੀਕ ਹੈ ਪ੍ਰੋਪਰ ਐਪਲੀਕੇਸ਼ਨ ਹੋਣੀ ਜਿਹਦੇ ਵਿੱਚ ਤੁਹਾਡੀਆਂ ਸਾਰੀਆਂ ਫਾਰਮੈਲਿਟੀਜ਼ ਪ੍ਰੋਪਰ ਡਿਫਾਈਨ ਹੋਣ, ਉਹਨਾਂ ਕਿਹੜੇ ਕਿਹੜੇ ਡਾਕੂਮੈਂਟਸ ਨਾਲ ਲੱਗਣੇ ਹੈਗੇ ਆ ਉਹ ਤੁਹਾਡੇ ਨਾਲ, ਉਸ ਤੁਹਾਡੇ ਕੋਲ ਲਿਸਟ ਹੋਣੀ ਚਾਹੀਦੀ ਹੈ ਔਰ ਤੁਹਾਡੀ ਉਹ ਜਿਹੜੀ ਡਰਾਈਵਰ ਫਾਈਲ ਹੈ ਉਹ ਕੰਪਲੀਟ ਹੋਣੀ ਚਾਹੀਦੀ ਆ। ਮੋਟੇ ਰੂਪ ਦੇ ਵਿੱਚ ਇੱਕ ਡਰਾਈਵਰ ਨੂੰ ਹਾਇਰ ਕਰਨ ਲੱਗਿਆ ਉਹਦਾ ਇੱਕ ਹਰ ਇੱਕ ਕੰਪਨੀ ਦਾ ਇੱਕ ਆਪਣਾ ਕ੍ਰਾਈਟੇਰੀਆ ਹੈ ਕਿ ਅਸੀਂ ਘੱਟ ਤੋਂ ਘੱਟ 2 ਸਾਲ ਦਾ ਡਰਾਈਵਰ ਜਿਹੜਾ ਐਕਸਪੀਰੀਅੰਸ ਹੋਲਡਰ ਹੈ ਉਹ ਰੱਖਣਾ ਹੈ। ਉਹਦੇ ਕੋਲ ਇੱਕ ਤੋਂ ਵੱਧ ਸਾਈਟੇਸ਼ਨ ਨਹੀਂ ਚਾਹੀਦੀਆਂ ਜਾਂ ਉਹਦੇ ਕੋਲ 2 ਤੋਂ ਵੱਧ ਸਾਈਟੇਸ਼ਨ ਨਹੀਂ ਚਾਹੀਦੀਆਂ, ਉਹਨਾਂ ਦੇ ਰੈਕਡ ਦੇ ਕੋਲ ਐਕਸਟੈਂਡਿੰਗ ਹੋਣਾ ਚਾਹੀਦਾ। ਇਹ ਜਿਹੜੀਆਂ ਚੀਜ਼ਾਂ ਹੈ ਐਸ ਪਰ ਫੈਡਰਲ ਮੋਟਰ ਕੈਰੀਅਰ ਜਿਹੜਾ ਹੈਗਾ ਉਹ ਕੋਈ ਵੀ ਡਰਾਈਵਰ ਜਿਹਦੇ ਕੋਲ ਵੈਲਿਡ ਲਾਇਸੈਂਸ ਹੈ ਉਹ ਤੁਹਾਡੇ ਟਰੱਕ ਦੇ ਉੱਤੇ ਤੁਹਾਡਾ ਟਰੱਕ ਚਲਾ ਸਕਦਾ। ਫੈਡਰਲ ਮੋਟਰ ਕੈਰੀਅਰ ਦੀ ਐਸੀ ਐਕਸਪੀਰੀਅੰਸ ਦੀ ਕੋਈ ਵੀ ਕੰਡੀਸ਼ਨ ਨਹੀਂ ਹੈ, ਪਰ ਕੰਪਨੀ ਨੂੰ ਇਸ ਗੱਲ ਦਾ ਹੱਕ ਹੈ ਕਿ ਉਹ ਆਪਣੀ ਇੰਸ਼ੋਰੈਂਸ ਪਾਲਿਸੀ ਦੇ ਹਿਸਾਬ ਨਾਲ, ਉਹ ਆਪਣੇ ਆਪਣੀ ਕੰਪਨੀ ਪਾਲਿਸੀ ਦੇ ਹਿਸਾਬ ਨਾਲ ਉਹ ਆਪਣਾ ਇੱਕ ਕ੍ਰਾਈਟੀਰੀਆ ਡਿਸਾਈਡ ਕਰ ਸਕਦੇ ਆ ਕਿ ਅਸੀਂ ਕਿੰਨੇ ਸਾਲ ਦਾ ਡਰਾਈਵਰ ਜਿਹੜਾ ਹੈ ਇਹ ਜਾਂ ਇਸ ਤੋਂ ਘੱਟ ਐਕਸਪੀਰੀਅੰਸ ਵਾਲਾ ਡਰਾਈਵਰ ਜਿਹੜਾ ਹੈ ਅਸੀਂ ਉਹ ਹਾਇਰ ਨਹੀਂ ਕਰਨਾ। ਉਸ ਤੋਂ ਇਲਾਵਾ ਡਰਾਈਵਰ ਦੇ ਸਾਰੇ ਡਾਕੂਮੈਂਟਸ ਜਿਨ੍ਹਾਂ ਵਿੱਚ ਇੱਕ ਵੈਲਿਡ ਲਾਇਸੈਂਸ ਦੀ ਕਾਪੀ, ਜਿਹਦੇ ਵਿੱਚ ਇੱਕ ਵੈਲਿਡ ਮੈਡੀਕਲ ਕਾਰਡ ਦੀ ਕਾਪੀ ਜਿਹੜਾ ਕਿ ਐਕਸਪਾਇਰ ਨਾ ਹੋਇਆ ਹੋਵੇ, ਜਿਹਦੇ ਵਿੱਚ MVR ਜਿਹਨੂੰ ਅਸੀਂ ਮੋਟਰ ਵਹੀਕਲ ਰੈਕਡ ਵੀ ਕਹਿੰਦੇ ਹਾਂ ਜਾਂ ਜਿਹਨੂੰ ਅਸੀਂ ਆਪਣੀ ਆਮ ਲੈਂਗੁਏਜ ਦੇ ਵਿੱਚ DMV ਰੈਕਡ ਵੀ ਕਹਿੰਦੇ ਹਾਂ ਜਾਂ ਉਹਨੂੰ DMV ਪ੍ਰਿੰਟ ਆਊਟ ਵੀ ਕਹਿੰਦੇ ਹਾਂ, ਉਹਨੂੰ 3 ਈਅਰ DMV ਰੈਕਡ ਵੀ ਕਹਿੰਦੇ ਆ, ਉਹਦੇ ਕਾਫੀ ਪ੍ਰਚਲਿਤ ਨਾਮ ਅਸੀਂ ਬਣਾਏ ਆ, ਪਰ ਜਿਹੜਾ ਉਹਦਾ ਐਕਚੁਅਲ ਨਾਮ ਹੈਗਾ ਉਹ ਹੈਗਾ ਮੋਟਰ ਵਹੀਕਲ ਰੈਕਡ ਜਿਹਨੂੰ ਅਸੀਂ MVR ਸ਼ਾਰਟ ਫਾਰਮ 'ਚ ਕਹਿੰਦੇ ਹਾਂ। MVR ਦੀ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਤੁਹਾਡਾ ਸਟੇਟਸ ਜਿਹੜਾ ਆ ਉਹ ਐਕਟਿਵ ਹੋਣਾ ਚਾਹੀਦਾ। MVR ਦੇ ਵਿੱਚ ਤੁਹਾਡੀਆਂ ਜਿੰਨੀਆਂ ਸਾਈਟੇਸ਼ਨ ਤੁਹਾਨੂੰ ਪਿਛਲੇ 3 ਸਾਲ ਦੀਆਂ ਮਿਲੀਆਂ ਹੈ ਜਿਹੜੀਆਂ ਕਿ ਫੈਡਰਲ ਮੋਟਰ ਕੈਰੀਅਰ ਵੱਲੋਂ ਜ਼ਰੂਰੀ ਹੈ, ਤੁਹਾਨੂੰ ਉਹ ਕਾਪੀ ਆਪਣੇ ਕੋਲ ਰੱਖਣੀ ਕਿ 3 ਸਾਲ ਦੇ ਵਿੱਚ ਡਰਾਈਵਰ ਨੂੰ ਕਿੰਨੀਆਂ ਸਾਈਟੇਸ਼ਨ ਮਿਲੀਆਂ ਉਹ MVR ਦੇ ਉੱਤੇ ਤੁਹਾਡਾ ਜਿਹੜਾ ਰੈਕਡ ਹੈਗਾ ਉਹਦੇ ਉੱਤੇ ਅੰਕਿਤ ਹੁੰਦੀਆਂ ਹਨ। ਸੋ MVR ਦੀ ਕਾਪੀ, ਇਸ ਤੋਂ ਇਲਾਵਾ ਡਰਾਈਵਰ ਦਾ ਜਿਹੜਾ ਡਰੱਗ ਟੈਸਟ ਹੈ ਉਹ ਨੈਗੇਟਿਵ ਹੋਇਆ ਹੋਣਾ ਚਾਹੀਦਾ, ਉਹ ਤੁਹਾਡੇ ਕੋਲ ਬਕਾਇਦਾ ਉਸ ਚੀਜ਼ ਦੀ ਕਾਪੀ ਮੌਜੂਦ, ਉਸ ਟੈਸਟ ਰਿਜ਼ਲਟ ਦੀ ਕਾਪੀ ਜਿਹੜੀ ਹੈ ਉਹ ਤੁਹਾਡੇ ਕੋਲ ਬਕਾਇਦਾ ਡਰਾਈਵਰ ਹਾਇਰ ਕਰਨ ਤੋਂ ਪਹਿਲਾਂ ਜਾਂ ਡਰਾਈਵਰ ਨੂੰ ਟਰੱਕ ਤੇ ਚਾਬੀ ਫੜਾਉਣ ਤੋਂ ਪਹਿਲਾਂ ਤੁਹਾਡੇ ਕੋਲ ਫਾਈਲ ਦੇ ਵਿੱਚ ਲੱਗੀ ਹੋਣੀ ਚਾਹੀਦੀ ਹੈ। ਉਸ ਦੇ ਨਾਲ ਹੀ ਇੰਪਲੋਇਰ ਉਹਦੇ ਨਾਲ ਹੀ ਤੁਹਾਡਾ ਰੈਂਡਮ ਡਰੱਗ ਟੈਸਟਿੰਗ ਜਿਹੜਾ ਕਿ ਡਰੱਗ ਟੈਸਟ ਦਾ ਇੱਕ ਦੂਜਾ ਪਾਰਟ ਹੈ ਰੈਂਡਮ ਡਰੱਗ ਟੈਸਟਿੰਗ, ਉਹਦੇ ਵਿੱਚ ਉਸ ਡਰਾਈਵਰ ਦੀ ਇਨਰੋਲਮੈਂਟ ਹੋਣੀ ਜ਼ਰੂਰੀ ਹੈ। ਉਸ ਤੋਂ ਅੱਗੇ ਇੰਪਲੋਇਰ ਪੋਲ ਨੋਟਿਸ, ਜਦੋਂ ਵੀ ਡਰਾਈਵਰ ਹਾਇਰ ਕਰਦੇ ਆ ਤੇ ਇੱਕ ਇੰਪਲੋਇਰ ਪੋਲ ਨੋਟਿਸ ਪ੍ਰੋਗਰਾਮ ਹੈ ਜਿਹਦੇ ਵਿੱਚ ਡਰਾਈਵਰ ਦੀ ਬਕਾਇਦਾ ਜਿਹੜੀ ਹੈਗੀ ਆ ਇਨਰੋਲਮੈਂਟ ਕੰਪਨੀ ਵੱਲ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਜਿਹੜੀ ਸਭ ਤੋਂ ਅਹਿਮ ਚੀਜ਼ ਹੈ ਇਹਦੇ ਵਿੱਚ ਉਹ ਹੈ ਡਰਾਈਵਰ ਦੀ ਬੈਕਗ੍ਰਾਉਂਡ ਚੈੱਕ। ਕਿਸੇ ਵੀ ਡਰਾਈਵਰ ਦੀ ਜਿਹੜੀ ਐਸ ਪਰ ਫੈਡਰਲ ਮੋਟਰ ਕੈਰੀਅਰ ਜਦੋਂ ਉਹ ਡਰਾਈਵਰ ਤੁਹਾਡੇ ਕੋਲ ਆਉਂਦਾ ਉਹਦੀ ਐਸ ਪਰ ਫੈਡਰਲ ਮੋਟਰ ਕੈਰੀਅਰ ਜਿਹੜਾ ਲਾਅ ਹੈਗਾ ਉਹਦੇ ਹਿਸਾਬ ਨਾਲ ਤੁਹਾਡੀ ਜਿਹੜੀ ਬੈਕਗ੍ਰਾਉਂਡ ਦੀ ਪ੍ਰੀਵੀਅਸ ਬੈਕਗ੍ਰਾਉਂਡ ਚੈੱਕ ਅਸੀਂ ਕਹਿੰਦੇ ਆ ਉਹ ਤੁਹਾਡੀ ਹੋਣੀ ਜਿਹੜੀ ਹੈ ਉਹ ਕੰਪਲੀਟ ਹੈ। ਜਿਹੜੀਆਂ ਕੰਪਨੀਜ਼ ਇਸ ਪ੍ਰੋਸੈਸ ਨੂੰ ਥੋਰੋਲੀ ਔਰ ਪ੍ਰੋਪਰਲੀ ਜਿਹੜਾ ਅਡੋਪਟ ਕਰਦੀਆਂ ਹੈਗੀਆਂ ਜਾਂ ਇਹਦੇ ਉੱਤੇ ਇੰਨ ਬਿੰਨ ਚੱਲਦੀਆਂ ਹੈ ਉਹ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਅੱਗੇ ਜਾ ਕੇ ਕਦੀ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਠੀਕ ਹੈ ਸੰਤਾਨਾ ਸਾਹਿਬ, ਹੁਣੇ ਤੁਸੀਂ ਗੱਲ ਕੀਤੀ ਹੈ ਰੈਂਡਮ ਡਰੱਗ ਟੈਸਟਿੰਗ ਦੀ, ਅਤੇ ਫਿਰ ਇਹ ਕਿਉਂ ਜ਼ਰੂਰੀ ਹੈ ਤੇ ਆਖਰ ਹੈ ਕੀ ਚੀਜ਼? ਦੇਖੋ ਇਸ ਤਰ੍ਹਾਂ ਹੈ, ਬੜਾ ਤੁਸੀਂ ਇਹ ਵੀ ਬੜਾ ਵਧੀਆ ਕੁਐਸਚਨ ਕੀਤਾ। ਕੀ ਹੁੰਦਾ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਅਨਫੋਰਚੂਨੇਟਲੀ ਡਰੱਗ ਦਾ ਕਾਫੀ ਜ਼ਿਆਦਾ ਜ਼ੋਰ ਹੈ, ਕਾਫੀ ਡਰਾਈਵਰ ਜਿਹੜੇ ਆ ਜਿਹੜੀਆਂ ਪ੍ਰੋਹਿਬਿਟਡ ਸਬਸਟਾਂਸਿਸ ਹੈਗੇ ਆ ਜਿਹੜੀ ਜਿਹੜੇ ਕੰਟਰੋਲਡ ਡਰੱਗਸ ਹੈਗੇ ਆ ਜਿਹੜੀਆਂ ਕਿ ਨਹੀਂ ਲੈਣੀ ਚਾਹੀਦੀਆਂ, ਜਿਹੜੇ ਐਸੀਆਂ ਚੀਜ਼ਾਂ ਜਿਹੜੀਆਂ ਵਰਜਿਤ ਆ ਜਿਹ 'ਚ ਅਫੀਮ ਹੈ, ਪੁੱਕੀ ਹੈ, ਹੋਰ ਡਰੱਗਸ ਜਿਹੜੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਉਹਦਾ ਸੇਵਨ ਕਰਦੇ ਆ। ਇਹ ਅਨਫੋਰਚੂਨੇਟ ਹੈ ਪਰ ਇਹ ਇੱਕ ਸੱਚਾਈ ਵੀ ਹੈ। ਜਦੋਂ ਅਸੀਂ ਡਰੱਗ ਟੈਸਟ ਕਰਵਾਉਂਦੇ ਹਾਂ ਜਿਹਨੂੰ ਅਸੀਂ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਕਹਿੰਦੇ ਹਾਂ, 3 ਤਰ੍ਹਾਂ ਦਾ ਡਰੱਗ ਟੈਸਟ ਹੁੰਦਾ ਹੈ ਮੋਟੇ ਰੂਪ ਦੇ ਵਿੱਚ ਟਰੱਕਿੰਗ ਇੰਡਸਟਰੀ ਵਿੱਚ। ਇੱਕ ਅਸੀਂ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਕਹਿੰਦੇ ਹਾਂ, ਇੱਕ ਅਸੀਂ ਰੈਂਡਮ ਡਰੱਗ ਟੈਸਟਿੰਗ ਕਹਿੰਦੇ ਹਾਂ, ਇੱਕ ਅਸੀਂ ਪੋਸਟ ਐਕਸੀਡੈਂਟ ਡਰੱਗ ਟੈਸਟਿੰਗ ਕਹਿੰਦੇ ਹਾਂ। ਜਿਹੜਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਹੈ ਉਹਦੇ ਵਿੱਚ ਜਦੋਂ ਅਸੀਂ ਡਰਾਈਵਰ ਹਾਇਰ ਕਰਦੇ ਹਾਂ ਤੇ ਹਾਇਰ ਕਰਨ ਤੋਂ ਪਹਿਲਾਂ ਇਹ ਚੈੱਕ ਕਰਨਾ ਕਿ ਡਰਾਈਵਰ ਨੇ ਕਿਸੇ ਕਿਸਮ ਦੀ ਡਰੱਗ ਖਾਧੀ ਪਿਛਲੇ ਕੁਝ ਦਿਨਾਂ ਵਿੱਚ, ਕਿਉਂਕਿ ਆਲਮੋਸਟ ਉਹ 30 ਦਿਨ ਦਾ ਰੈਕਡ ਜਿਹੜਾ ਹੈ ਉਹ ਆਰਾਮ ਨਾਲ ਆ ਜਾਂਦਾ। ਜੇ ਕੋਈ 20-25 ਦਿਨ ਪਹਿਲਾਂ ਵੀ ਡਰੱਗ ਦਾ ਸੇਵਨ ਕੀਤਾ ਹੋਵੇ ਤਾਂ ਉਸ ਡਰੱਗ ਟੈਸਟ ਵਿੱਚ ਉਹ ਆਉਂਦਾ।
बिल्कुल ਇਹ ਤਾਂ बिल्कुल ਪ੍ਰੀ ਪ੍ਰੀ ਇੰਪਲੋਇਮੈਂਟ ਹੋ ਗਈ ਕਿ ਪ੍ਰੀ ਇੰਪਲੋਇਮੈਂਟ ਪ੍ਰੀ ਤੁਸੀਂ ਇੰਪਲੋਇਮੈਂਟ ਲੈਣ ਤੋਂ ਪਹਿਲਾਂ ਉਹਦਾ ਡਾਇਰੈਕਟ ਟੈਸਟ ਕਰਵਾ ਲਿਆ। ਪੋਸਟ ਐਕਸੀਡੈਂਟ ਹੋ ਗਿਆ ਕਿ ਜਦੋਂ ਐਕਸੀਡੈਂਟ ਹੁੰਦਾ ਹੈ ਜੇ ਉਹਦੇ ਵਿੱਚ ਵਹੀਕਲ ਟੋ ਹੁੰਦਾ ਹੈ ਜਾਂ ਉਹਦੇ ਵਿੱਚ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਹੈ ਜਾਂ ਕੋਈ ਬੰਦਾ ਇੰਜਰਡ ਹੁੰਦਾ ਹੈ ਤਾਂ 32 ਘੰਟੇ ਦੇ ਵਿੱਚ ਵਿੱਚ ਉਹਦਾ ਡਾਇਰੈਕਟ ਟੈਸਟ ਹੋਣਾ ਬੜਾ ਜ਼ਰੂਰੀ ਹੈ ਔਰ 8 ਘੰਟੇ ਦੇ ਵਿੱਚ ਵਿੱਚ ਉਹਦਾ ਅਲਕੋਹਲ ਟੈਸਟ ਹੋਣਾ ਜਿਹੜਾ ਕਿ ਉਹਨਾਂ ਨੇ ਸ਼ਰਾਬ ਤਾਂ ਨਹੀਂ ਪੀਤੀ ਹੋਈ। ਇਹ ਦੋ ਟੈਸਟ ਹੋਣੇ ਜ਼ਰੂਰੀ ਹੈ। ਪਰ ਜਿਹੜਾ ਤੁਹਾਡਾ ਸਵਾਲ ਸੀ ਉਹ ਵਿਚਕਾਰਲੇ ਡਾਇਰੈਕਟ ਟੈਸਟ ਬਾਰੇ ਸੀ, ਰੈਂਡਮ ਡਾਇਰੈਕਟ ਟੈਸਟ ਬਾਰੇ। ਹੁਣ ਪ੍ਰੋਬਲਮ ਇਹ ਹੈ ਕਿ ਜਦੋਂ ਅਸੀਂ ਡਾਇਰੈਕਟ ਟੈਸਟ ਕਰਵਾ ਲਿਆ, ਡਰਾਈਵਰ ਆਪਣਾ ਟਰੱਕ ਦੇ ਉੱਤੇ ਚਾੜ ਦਿੱਤਾ, ਤਾਂ ਡਰਾਈਵਰ ਦੇ ਡਰੱਗ, ਕਈ ਵਾਰੀ ਡਰਾਈਵਰ ਜਿਹੜੇ ਆ ਉਹ ਸ਼ੈਤਾਨੀ ਖੇਡਦੇ ਆ, ਕੀ ਕਰਦੇ ਆ ਕਿ ਉਹ ਜਦੋਂ ਉਹਨਾਂ ਨੂੰ ਪਤਾ ਕਿ ਅਸੀਂ ਹਾਇਰ ਹੋਣਾ ਹੈ ਤਾਂ ਉਹ 20-25 ਦਿਨ ਵਾਸਤੇ ਮੁਸ਼ਕਲ ਨਾਲ ਜਾਂ ਔਖੇ ਹੋ ਕੇ ਉਹ ਡਰੱਗ ਦਾ ਸੇਵਨ ਜਿਹੜਾ ਆ ਉਹ ਬੰਦ ਕਰ ਦਿੰਦੇ ਆ, ਜਾਂ ਠੀਕ ਹੈ ਕੁਝ ਐਸੇ ਲਿਕੁਇਡ ਇੱਥੇ ਮਿਲਦੇ ਆ, ਕੁਝ ਐਸੀਆਂ ਫਲੂਇਡਸ ਐਸੇ ਮਿਲਦੇ ਆ ਕਿ ਤੁਸੀਂ ਉਹਦੀ ਇਨਟੇਕ ਵਧਾ ਲੈਂਦੇ ਹੋ, ਤੁਸੀਂ ਫਰੂਟ ਜ਼ਿਆਦਾ ਪੀਣਾ ਸ਼ੁਰੂ ਕਰ ਦਿੰਦੇ ਹੋ, ਗੈਟਰੇਡ ਹੈ ਜਾਂ ਹੋਰ ਲੱਸੀ ਹੈ ਜਾਂ ਕੁਝ ਹੋਰ ਚੀਜ਼ਾਂ ਪੀਣੀਆਂ ਜ਼ਿਆਦਾ ਸ਼ੁਰੂ ਕਰ ਦਿੰਦੇ ਹੋ ਜਿਹੜੀਆਂ ਤੁਹਾਡੇ ਫਲੈਸ਼ ਆਊਟ ਕਰ ਦਿੰਦੀਆਂ, ਤਾਂ ਔਖੇ ਸੌਖੇ ਹੋ ਕੇ ਜਿਹੜਾ ਡਰੱਗ ਟੈਸਟ ਹੈ ਉਹ ਨੈਗੇਟਿਵ ਆ ਜਾਂਦਾ। ਹਾਲਾਂਕਿ ਡਰਾਈਵਰ ਡਰੱਗ ਲੈ ਰਿਹਾ ਹੁੰਦਾ ਪਰ ਉਹ 2-4-10 ਦਿਨ 15 ਦਿਨ ਪਹਿਲਾਂ ਐਸੀਆਂ ਕੋਈ ਬਚਾਓ ਦੇ ਸਾਧਨ ਕਰਕੇ ਐਸੇ ਫਲੂਇਡ ਪੀ ਕੇ ਉਹਨੂੰ ਵਾਸ਼ ਆਊਟ ਕਰ ਦਿੰਦਾ ਹੈ ਔਰ ਉਹਦੇ ਟ੍ਰੇਸਿਸ ਜਿਹੜੇ ਹੈਗੇ ਆ ਉਹ ਡਰੱਗ ਟੈਸਟ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਵਿੱਚ ਨਹੀਂ ਆਉਂਦੇ। ਸੋ ਭਾਵ ਇਹ ਹੋਇਆ ਕਿ ਡਰਾਈਵਰ ਐਕਚੁਅਲ ਡਰੱਗ ਲੈ ਰਿਹਾ ਪਰ ਉਹਨੇ ਕਿਸੇ ਨਾ ਕਿਸੇ ਤਰ੍ਹਾਂ ਬਾਈ ਸਮ ਹੋ ਜਾਂ ਕਿਸੇ ਨਾ ਕਿਸੇ ਤਰ੍ਹਾਂ ਉਸ ਸਿਸਟਮ ਨੂੰ ਬਾਈਪਾਸ ਕਰਕੇ ਡਰੱਗ ਟੈਸਟ ਜਿਹੜਾ ਉਹ ਨੈਗੇਟਿਵ ਲੈਣ ਦਾ ਜਾਂ ਕਹਿ ਲਓ ਕਿ ਡਰੱਗ ਟੈਸਟਿੰਗ ਵਿੱਚੋਂ ਉਹ ਪਾਸ ਹੋ ਗਿਆ। ਪਰ ਹੁਣ ਜਦੋਂ ਉਹਨੇ ਡਰੱਗ ਟੈਸਟ ਪਾਸ ਕਰਾਉਣ ਤੋਂ ਬਾਅਦ ਟਰੱਕ ਦੇ ਉੱਤੇ ਚੜ੍ਹਨਾ, ਉਹਨੇ ਸਾਲ 2 ਸਾਲ 4 ਸਾਲ ਲਈ ਤੁਹਾਡਾ ਟਰੱਕ ਚਲਾਉਣਾ, ਤਾਂ ਹੁਣ ਕਿਵੇਂ ਲੱਭਿਆ ਜਾਵੇ ਕਿ ਉਹ ਡਰੱਗ ਟੈਸਟ ਨਹੀਂ ਕਰਦਾ ਜਾਂ ਉਹ ਸੌਰੀ ਜਾਂ ਉਹ ਡਰੱਗ ਨਹੀਂ ਲੈ ਰਿਹਾ। ਸੋ ਉਸ ਚੀਜ਼ ਨੂੰ ਰੈਂਡਮਲੀ ਚੱਕਣ ਵਾਸਤੇ, ਉਸ ਚੀਜ਼ ਨੂੰ ਰੈਂਡਮਲੀ ਉਸ ਚੀਜ਼ ਨੂੰ ਪਕੜ ਵਿੱਚ ਲੈ ਕੇ ਆਉਣ ਵਾਸਤੇ ਫੈਡਰਲ ਨੇ ਇੱਕ ਬੜਾ ਹੀ ਕਮਾਲ ਦਾ ਸਿਸਟਮ ਸ਼ੁਰੂ ਕੀਤਾ ਹੈ ਕਿ ਉਹ ਪੂਰੇ ਅਮਰੀਕਾ ਦੇ ਵਿੱਚ ਜਿੰਨੀਆਂ ਟਰੱਕਿੰਗ ਇੰਡਸਟਰੀ ਹਨ ਉਹਦੇ 25% ਜਿਹੜੇ ਡਰਾਈਵਰਸ ਹਨ ਉਹਨਾਂ ਨੂੰ ਰੈਂਡਮਲੀ ਸਾਲ ਵਿੱਚ ਇੱਕ ਵਾਰ ਉਹ ਪੂਲ ਦੇ ਵਿੱਚੋਂ ਇਲੈਕਟ੍ਰੋਨਿਕ ਸਿਸਟਮ ਹੁੰਦਾ ਹੈ, ਅਲੱਗ ਅਲੱਗ ਕੰਪਨੀਆਂ ਉਹਦੇ ਵਾਸਤੇ ਆਥੋਰਾਈਜ਼ ਹੁੰਦੀਆਂ, ਹਰੇਕ ਕੰਪਨੀ ਨੂੰ ਇਹ ਇੰਸਟਰਕਸ਼ਨ ਹੁੰਦੀਆਂ ਕਿ ਜਿੰਨੇ ਵੀ ਡਰਾਈਵਰ ਉਹਨਾਂ ਦੇ ਕੋਲ ਪੂਲ ਹੁੰਦੇ ਆ, ਜਿਹੜੇ ਲੋਕ ਇਸ ਰੈਂਡਮ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਆ ਜਿਹੜਾ ਕਿ ਜ਼ਰੂਰੀ ਹੈ। ਰੈਂਡਮ ਪ੍ਰੋਗਰਾਮ ਵਿੱਚ ਫਾਰ ਐਗਜ਼ਾਮਪਲ ਇੱਕ ਕੰਪਨੀ ਹੈ ਜਿਹੜੀ ਕਿ ਡਰੱਗ ਟੈਸਟਿੰਗ ਰੈਂਡਮ ਡਰੱਗ ਟੈਸਟਿੰਗ ਨੂੰ ਹੋਲਡ ਕਰਦੀ ਹੈ, ਉਹਦੇ ਕੋਲ ਅੱਗੇ 50 ਮੈਂ ਇੱਕ ਮਿਸਾਲ ਦੇ ਤੌਰ ਤੇ ਕਹਿ ਰਿਹਾ, ਉਹਦੇ ਕੋਲ ਅੱਗੇ 50 ਕੰਪਨੀਆਂ ਟਰੱਕਿੰਗ ਕੰਪਨੀਆਂ ਹਨ ਜਿਹਨਾਂ ਦੀ ਉਹ ਐਨਰੋਲਮੈਂਟ ਡਰੱਗ ਟੈਸਟਿੰਗ ਵਿੱਚ ਕਰਦੀ ਹੈ। ਸੋ ਉਹ ਸਾਰੇ ਡਰਾਈਵਰਸ ਦਾ ਨਾਂ ਜਿਵੇਂ ਕਹਿ ਲਓ ਕਿ ਇੱਕ ਬਕਟ ਵਿੱਚ ਸੁੱਟ ਦਿੰਦੇ ਆ ਜਾਂ ਇੱਕ ਘੜੇ ਚ ਪਾ ਦਿੰਦੇ ਆ, ਕੰਪਿਊਟਰ ਸਿਸਟਮ ਹੁੰਦਾ ਉਹ ਬਕਾਇਦਾ ਸੋਫਟਵੇਅਰ ਆਉਂਦਾ ਹੁੰਦਾ, ਪਰ ਉਹ ਸਾਰੇ ਡਰਾਈਵਰਸ ਦੇ ਨਾਂ ਰਿਗਾਰਡਲੈਸ ਕਿ ਕਿਸੇ ਕੰਪਨੀ ਕੋਲ 5 ਡਰਾਈਵਰ ਆ ਜਾਂ 10 ਆ ਜਾਂ 50 ਡਰਾਈਵਰ, ਉਹ ਸਾਰੇ ਦੇ ਸਾਰੇ ਡਰਾਈਵਰਸ ਦੇ ਨਾਂ ਜਿਹੜੇ ਆ ਇੱਕ ਘੜੇ ਚ ਪਰਚੀਆਂ ਪਾ ਕੇ ਸੁੱਟਦੇ ਜਾਂਦੇ ਆ, ਮੈਂ ਜੇ ਪੰਜਾਬੀ ਲੈਂਗੁਏਜ ਵਿੱਚ ਕਹਾਂ, ਵੈਸੇ ਐਕਚੁਅਲੀ ਉਹ ਸੋਫਟਵੇਅਰ ਹੁੰਦਾ, ਉਹਦੇ ਵਿੱਚੋਂ ਰੈਂਡਮਲੀ 25% ਡਰਾਈਵਰ ਜਿਹੜੇ ਉਹ ਸਾਲ ਚੁਣੇ ਜਾਂਦੇ ਆ ਜਿਹਨਾਂ ਨੂੰ ਅੱਗੇ 4 ਕੁਆਟਰਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ। ਸੋ ਕਹਿਣ ਦਾ ਭਾਵ ਇਹ ਹੈ ਕਿ 6% ਟੋਟਲ ਡਰਾਈਵਰ ਜੇਕਰ ਅਸੀਂ ਸਾਲ ਦੀ ਗੱਲ ਕਰੀਏ ਤਾਂ ਕਰੀਬ ਕਰੀਬ 25% ਉਹ ਬਣ ਜਾਂਦਾ, ਠੀਕ ਹੈ। ਵੈਸੇ ਹੁਣ ਉਹਨੂੰ ਫੈਡਰਲ ਮੋਟਰ ਕੈਰੀਅਰ ਵਧਾ ਕੇ 33% ਕਰ ਰਹੀ ਹੈ ਕਿਉਂਕਿ ਡਰੱਗ ਦਾ ਜ਼ੋਰ ਜਿਹੜਾ ਡੇ ਬਾਈ ਡੇ ਬੜਾ ਵੱਧ ਰਿਹਾ। ਸੋ ਜਿਹੜੀ ਫੈਡਰਲ ਮੋਟਰ ਹੈਗੀ ਹੈ ਉਹਨੂੰ ਵਧਾ ਕੇ 33% ਜਾਂ ਸ਼ਾਇਦ 35% ਤੱਕ ਵੀ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਇਹਦੇ ਵਿੱਚ ਉਹ ਜਿਹੜਾ ਡਰੱਗ ਟੈਸਟ ਹੈਗਾ ਉਹ ਰੈਂਡਮਲੀ ਉਹ ਉਹਦੇ ਵਿੱਚੋਂ ਡਰਾਈਵਰ ਕੱਢਿਆ ਜਾਂਦਾ, ਤੇ ਜਿਹੜਾ ਡਰਾਈਵਰ ਤੁਹਾਡਾ ਫੋਰ ਐਗਜ਼ਾਮਪਲ ਤੁਹਾਡੇ ਕੋਲ 50 ਡਰਾਈਵਰ ਹਨ, 50 ਦੇ ਵਿੱਚੋਂ ਲੀਗਲੀ 12 ਜਾਂ 13 ਡਰਾਈਵਰ ਜਿਹੜੇ ਜਾਂ 14 ਡਰਾਈਵਰ ਜਿਹੜੇ ਉਹਨਾਂ ਦਾ ਸਾਲ ਦਾ ਰੈਂਡਮ ਡਰੱਗ ਟੈਸਟ ਹੋਣਾ ਚਾਹੀਦਾ। ਉਹਦੇ ਵਿੱਚ ਡਰਾਈਵਰ ਨੂੰ ਸਡਨਲੀ ਇਹ ਗੱਲ ਕਹੀ ਜਾਂਦੀ ਹੈ ਕਿ ਭਾਈ ਅੱਜ ਆ ਔਰ ਤੇਰਾ ਅਸੀਂ ਸੈਂਪਲ ਲੈਣਾ, ਜਿਹਦੇ ਵਿੱਚ ਡਰਾਈਵਰ ਦੇ ਉੱਤੇ ਇੱਕ ਕੁੰਡਾ ਲੱਗ ਜਾਂਦਾ, ਡਰਾਈਵਰ ਦੇ ਉੱਤੇ ਇੱਕ ਹਰ ਵੇਲੇ ਜਿਹੜੀ ਕਹਿ ਲਓ ਕਿ ਇੱਕ ਨਾ ਬਾਹਰ ਲੱਗੀ ਰਹਿੰਦੀ ਆ, ਡਰਾਈਵਰ ਨੂੰ ਹਰ ਵਕਤ ਡਰ ਰਹਿੰਦਾ ਕਿ ਭਾਈ ਮੇਰਾ ਪਤਾ ਨਹੀਂ ਕਦੋਂ ਡਰੱਗ ਟੈਸਟ ਜਿਹੜਾ ਆ ਰੈਂਡਮ ਡਰੱਗ ਟੈਸਟ ਨਿਕਲਣਾ, ਅਗਰ ਉਹ ਡਰੱਗ ਟੈਸਟ ਪੋਜ਼ਿਟਿਵ ਆ ਜਾਂਦਾ ਤਾਂ ਡਰਾਈਵਰ ਜਿਹੜਾ ਆ ਉਹਨੂੰ ਨੌਕਰੀ ਤੋਂ ਫਾਰਗ ਕਰਨਾ ਪੈਂਦਾ, ਤਦ ਤੱਕ ਜਦ ਤੱਕ ਉਹ ਆਪਣਾ ਪ੍ਰੋਪਰ ਦੁਆਰਾ ਪ੍ਰੋਸੀਜਰ ਪੂਰਾ ਨਹੀਂ ਕਰਦਾ, ਉਹਨੂੰ ਬੈਕ ਟੂ ਡਿਊਟੀ ਸਟੇਟਸ ਅਸੀਂ ਕਹਿੰਦੇ ਹਾਂ, ਜਦ ਤੱਕ ਉਹ ਬੈਕ ਟੂ ਡਿਊਟੀ ਸਟੇਟਸ ਦਾ ਆਪਣਾ ਸਾਰਾ ਪ੍ਰੋਸੀਜਰ ਨਹੀਂ ਕਵਰ ਕਰਦਾ, ਉਸ ਤੋਂ ਬਾਅਦ ਇੱਕ ਲੰਬੇ ਪ੍ਰੋਸੈਸ ਵਿੱਚ ਉਹਨੂੰ ਸਾਲ ਤੋਂ ਲੈ ਕੇ 3 ਸਾਲ ਵਿੱਚ ਗੁਜ਼ਰਨਾ ਪੈਂਦਾ, ਜਿਹਦੇ ਵਿੱਚ ਹਰ ਮਹੀਨੇ ਉਹਦੀ ਟੈਸਟਿੰਗ ਹੁੰਦੀ ਹੈ, ਉਹ ਬੜਾ ਲੰਬਾ ਪ੍ਰੋਸੈਸ ਹੈ ਅਗਰ ਉਹ ਪੋਜ਼ਿਟਿਵ ਆ ਜਾਂਦਾ। ਸੋ ਰੈਂਡਮ ਡਾਇਰੈਕਟ ਟੈਸਟ ਜਿਹੜਾ ਉਹ ਇਸ ਤਰ੍ਹਾਂ ਹੈਲਪ ਕਰਦਾ।
ਡਰਾਈਵਰ ਨੂੰ ਜਦੋਂ ਚੈਕਿੰਗ ਹਾਇਰਿੰਗ ਕਿਉਂਕਿ ਕਰਨ ਤੋਂ ਅਜੋਕੇ ਬਾਅਦ ਤਾਂ ਡਰਾਈਵਰ ਜਿਹੜੇ ਨੇ ਉਹ ਆਪਣੀ ਗ੍ਰਿਫਤ ਵਿੱਚ ਆ ਜਾਂਦੇ ਨੇ, ਕੰਪਨੀ ਦੀ ਗ੍ਰਿਫਤ ਵਿੱਚ ਆ ਜਾਂਦੇ ਨੇ ਔਰ ਸਰਕਾਰ ਦੀ ਨਜ਼ਰ ਵਿੱਚ ਵੀ ਆ ਜਾਂਦੇ ਨੇ ਜੇਕਰ ਉਹ ਨਸ਼ੀਲੇ ਪਦਾਰਥਾਂ ਦਾ ਜਾਂ ਫਿਰ ਕੋਈ ਹੋਰ ਗਲਤ ਅਲਕੋਹਲਿਕ ਜਿਹੜੇ ਪਦਾਰਥਾਂ ਦਾ ਸੇਵਨ ਕਰਦੇ ਨੇ। ਪਰ ਜੇਕਰ ਅਸੀਂ ਜੀ ਇੱਕ ਹੋਰ ਗੱਲ ਵੀ ਤੁਸੀਂ ਕੀਤੀ ਹੈ ਕਿ ਬੈਕਗ੍ਰਾਉਂਡ ਚੈੱਕ ਦੀ, ਸੋ ਡਰਾਈਵਰ ਦੀ ਜੇਕਰ ਬੈਕਗ੍ਰਾਉਂਡ ਚੈੱਕ ਦੀ ਗੱਲ ਕਰੀਏ ਤਾਂ ਕਿਹਨਾਂ ਹਾਲਾਤਾਂ ਵਿੱਚ ਜ਼ਰੂਰੀ ਹੈ? ਪਲਿੰਦਰ ਜੀ, ਕਿਹਨਾਂ ਹਾਲਾਤਾਂ ਦੀ ਕੋਈ ਗੱਲ ਨਹੀਂ, ਡਰਾਈਵਰ ਦੀ ਬੈਕਗ੍ਰਾਉਂਡ ਬਿਲਕੁਲ ਜ਼ਰੂਰੀ ਹੈ ਔਰ 100% ਹੋਣੀ ਜ਼ਰੂਰੀ ਹੈ। ਕਦੋਂ ਅਸੀਂ ਕਰਨੀ ਹੈ, ਜੇ ਕਿਸੇ ਵੀ ਡਰਾਈਵਰ ਜਿਹਨੂੰ ਅਸੀਂ ਅੱਜ ਹਾਇਰ ਕਰ ਰਹੇ ਹਾਂ ਉਹਦਾ ਪਿਛਲੇ 3 ਸਾਲ ਦਾ ਟੋਟਲ ਰੈਕਡ, ਜਿਹਦੇ ਵਿੱਚ ਸਾਡੇ ਕੋਲ ਟੋਟਲ ਅਸੀਂ ਜਦੋਂ ਐਪਲੀਕੇਸ਼ਨ ਭਰਵਾਉਂਦੇ ਹਾਂ ਤਾਂ ਉਹਦੇ ਵਿੱਚ 10 ਸਾਲ ਦਾ ਅਸੀਂ ਉਹਦਾ ਰੈਕਡ ਇਨਰੋਲ ਕਰਨਾ ਹੁੰਦਾ, ਜਾਂ ਕਹਿ ਲਓ ਅਸੀਂ ਉਹਨੂੰ 10 ਸਾਲ ਦਾ ਰੈਕਡ ਲੈਣਾ ਹੁੰਦਾ। ਜੀ ਬੇਸ਼ੱਕ ਉਹਨੇ ਕਿਸੇ ਗੈਸ ਸਟੇਸ਼ਨ ਤੇ ਕੰਮ ਕੀਤਾ ਹੋਵੇ, ਬੇਸ਼ੱਕ ਕਿਸੇ ਟਰੱਕਿੰਗ ਇੰਡਸਟਰੀ ਚ ਕੰਮ ਕੀਤਾ ਹੋਵੇ, ਕਿਸੇ ਰੈਸਟੋਰੈਂਟ ਤੇ ਕੰਮ ਕੀਤਾ ਹੋਵੇ, ਸਾਡੇ ਕੋਲ ਉਹਦਾ 10 ਸਾਲ ਦਾ ਰੈਕਡ ਹੋਣਾ ਜ਼ਰੂਰੀ ਹੈ। ਪਰ ਜਿਹਦੇ ਵਿੱਚੋਂ ਪਿਛਲੇ 3 ਸਾਲ ਦਾ ਉਹ ਰੈਕਡ ਜਿਹਦੇ ਵਿੱਚ ਉਹਨੇ ਕਿਸੇ ਟਰੱਕਿੰਗ ਕੰਪਨੀ ਨਾਲ ਕੰਮ ਕੀਤਾ, ਜਾਂ ਮੈਂ ਹੋਰ ਥੋੜਾ ਡਿਟੇਲ ਚ ਕਹਿ ਦਿਆਂ ਕਿ ਜਿੱਥੇ ਡਰੱਗ ਟੈਸਟ ਰਿਕੁਆਇਰਡ ਹੁੰਦਾ, ਕੁਝ ਐਸੀਆਂ ਜੋਬਾਂ ਆ ਜਿਨ੍ਹਾਂ ਵਿੱਚ ਉਹਨਾਂ ਨੇ ਟਰੱਕ ਨਹੀਂ ਚਲਾਇਆ ਹੁੰਦਾ ਪਰ ਉੱਥੇ ਡਰੱਗ ਟੈਸਟਿੰਗ ਰਿਕੁਆਇਰਡ ਹੁੰਦਾ, ਸੋ ਉਹ ਕੋਈ ਵੀ ਐਸੀ ਜੋਬ ਪਿਛਲੇ 3 ਸਾਲ ਦੀ ਜਿਹਦੇ ਵਿੱਚ ਡਰੱਗ ਟੈਸਟ ਰਿਕੁਆਇਰਡ ਹੋਵੇ ਇਨਕਲੂਡਿੰਗ ਟਰੱਕ ਡਰਾਈਵਿੰਗ, ਜਿੰਨੀਆਂ ਵੀ ਉਹਦੀਆਂ ਜੋਬਸ ਹਨ, ਬੇਸ਼ੱਕ ਉਹਦਾ 1 ਇੰਪਲੋਇਰ ਆ ਉਸ ਪਿਛਲੇ 3 ਸਾਲ ਦੇ ਵਿੱਚ, ਜਾਂ ਉਹਦੇ 10 ਇੰਪਲੋਇਰ ਆ ਜਾਂ 30 ਇੰਪਲੋਇਰ ਆ, ਉਹ ਸਾਰੇ ਇੰਪਲੋਇਰ ਦੇ ਕੋਲੋਂ ਇੱਕ ਬਕਾਇਦਾ ਫਾਰਮ ਹੁੰਦਾ ਜਿਹੜਾ ਕਿ ਐਪਲੀਕੇਸ਼ਨ ਦਾ ਹੀ ਪਾਰਟ ਹੁੰਦਾ, ਉਹਦੇ ਵਿੱਚ ਤੁਸੀਂ ਉਸ ਪਿਛਲੇ ਜਿਹੜੇ ਇੰਪਲੋਇਰ ਹੈਗੇ ਆ ਉਹਨਾਂ ਨੂੰ ਭੇਜ ਕੇ ਉਹਨਾਂ ਕੋਲ ਪ੍ਰੋਪਰ ਸਾਈਨ ਕਰਵਾ ਕੇ ਉਸ ਪੇਪਰ ਨੂੰ ਨਾਲ ਆਪਣੀ ਡਰਾਈਵਰ ਫਾਈਲ ਦੇ ਵਿੱਚ ਰੱਖਣਾ, ਜਿਹੜਾ ਉਹ ਬੜਾ ਜ਼ਰੂਰੀ। ਸੋ ਜਿਹੜੀ ਬੈਕਗ੍ਰਾਉਂਡ ਚੈੱਕ ਆ ਉਹ 3 ਸਾਲ ਦੀ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ, ਜਾਂ ਇੰਜ ਕਹਿ ਲਓ ਕਿ ਡਰੱਗ ਟੈਸਟਿੰਗ ਵਾਸਤੇ ਜਿੰਨੇ ਵੀ ਉਹ ਜੋਬਾਂ ਜਿਹੜੀਆਂ ਪਿਛਲੇ 3 ਸਾਲ ਚ ਕੀਤੀਆਂ ਜਿਹਦੇ ਵਿੱਚ ਡਰੱਗ ਟੈਸਟਿੰਗ ਰਿਕੁਆਇਰਡ ਸੀ, ਉਹਦੇ ਵਿੱਚ ਓਨੀਆਂ ਜੋਬਸ ਦੀ ਪਿਛਲੇ ਇੰਪਲੋਇਰ ਤੋਂ ਜਿਹੜੀ ਹੈਗੀ ਆ ਬੈਕਗ੍ਰਾਉਂਡ ਚੈੱਕ ਆ ਉਹ ਹੋਣੀ ਜ਼ਰੂਰੀ ਹੈ। ਠੀਕ ਹੈ, ਇੱਥੇ ਇੱਕ ਹੋਰ ਗੱਲ ਵੀ ਆਉਂਦੀ ਹੈ ਈਪੀਐਨ ਦੀ, ਈਪੀਐਨ ਨੰਬਰ ਕੀ ਚੀਜ਼ ਹੈ ਅਤੇ ਫਿਰ ਇਹ ਕਿਉਂ ਜ਼ਰੂਰੀ ਹੈ, ਇਹ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਜ਼ਰੂਰ ਦੱਸੋ, ਸਾਡੇ ਡਰੱਗ ਜਿਹੜੇ ਡਰਾਈਵਰ ਭਰਾ ਨੇ ਉਹਨਾਂ ਨੂੰ ਜ਼ਰੂਰ ਦੱਸੋ। ਈਪੀਐਨ ਦੀ ਜਿਹੜੀ ਫੁੱਲ ਫਾਰਮ ਹੈਗੀ ਹੈਗੀ ਇੰਪਲੋਇਰ ਪੁੱਲ ਨੋਟਿਸ, ਇਹ ਈਪੀਐਨ ਵੀ ਮੈਂ ਥੋੜਾ ਜਿਹਾ ਜੇ ਮੈਂ ਸਾਦੇ ਲਫ਼ਜ਼ਾਂ ਵਿੱਚ ਸਮਝਾਉਣਾ ਹੋਵੇ ਤਾਂ ਮੈਂ ਈਪੀਐਨ ਨੂੰ ਵੀ ਬਿਲਕੁਲ ਇੱਕ ਰੈਂਡਮ ਡਰੱਗ ਟੈਸਟ ਵਰਗਾ ਹੀ ਇੱਕ ਪ੍ਰੋਗਰਾਮ ਮੰਨਦਾ, ਜਿਵੇਂ ਅਸੀਂ ਪ੍ਰੀ ਇੰਪਲੋਇਮੈਂਟ ਟੈਸਟ ਕਰਦੇ ਹਾਂ ਡਰੱਗ ਟੈਸਟ ਵਾਸਤੇ ਕਿ ਡਰਾਈਵਰ ਦਾ ਪੁਰਾਣਾ ਰੈਕਡ ਕੋਈ ਡਰੱਗ ਲੈਣ ਦੇ ਮਾਮਲੇ 'ਚ ਮਾੜਾ ਤਾਂ ਨਹੀਂ, ਬਿਲਕੁਲ ਇਸੇ ਤਰ੍ਹਾਂ ਹੀ ਦੂਜੇ ਪਾਸੇ ਡਰਾਈਵਰ ਦਾ ਸਾਈਟੇਸ਼ਨ ਰੈਕਡ ਜਾਂ ਟਿਕਟਾਂ ਲੈਣ ਦਾ ਰੈਕਡ ਜਾਂ ਜਿਹੜਾ ਔਨ ਰੋਡ ਰੈਕਡ ਹੈਗਾ ਉਹ ਅਸੀਂ ਐਮ ਬੀ ਆਰ ਦੇ ਵਿੱਚ ਚੈੱਕ ਕਰਦੇ ਹਾਂ, ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਐਮ ਬੀ ਆਰ ਮੋਟਰ ਵਹੀਕਲ ਰੈਕਡ ਜਿਹੜਾ ਆ ਉਹ ਡਰਾਈਵਰ ਨੇ ਪਿਛਲੇ 3 ਸਾਲ ਦੇ ਵਿੱਚ ਕਿਸ ਤਰ੍ਹਾਂ ਦਾ ਰੋਡ ਤੇ ਬਿਹੇਵੀਅਰ ਕੀਤਾ, ਕਿੰਨੀਆਂ ਕੁ ਸਾਈਟੇਸ਼ਨ ਲਈਆਂ, ਕਿੰਨੀਆਂ ਕੁ ਟਿਕਟਾਂ ਲਈਆਂ ਹਨ। ਜਿਵੇਂ ਐਮ ਬੀ ਆਰ ਤੁਹਾਨੂੰ ਡਰਾਈਵਰ ਹਾਇਰ ਕਰਨ ਤੋਂ ਪਹਿਲਾਂ ਦੱਸ ਦਿੰਦੀ ਆ, ਇਸੇ ਤਰ੍ਹਾਂ ਹੀ ਤੁਹਾਨੂੰ ਡਰੱਗ ਟੈਸਟ ਦੱਸ ਦਿੰਦਾ, ਪਰ ਫਿਰ ਉਸੇ ਤਰ੍ਹਾਂ ਕਿ ਜਦੋਂ ਡਰਾਈਵਰ ਰੋਡ ਤੇ ਚੱਲਦਾ ਆ ਕਿ ਉਹ ਡਰੱਗ ਟੈਸਟ ਡਰੱਗ ਤਾਂ ਨਹੀਂ ਲੈ ਰਿਹਾ, ਜਿਵੇਂ ਉਹਨੂੰ ਚੈੱਕ ਕਰਨ ਵਾਸਤੇ ਰੈਂਡਮ ਪ੍ਰੋਗਰਾਮ ਜਿਹੜਾ ਇੰਪਲੀਮੈਂਟ ਕੀਤਾ ਗਿਆ ਜਾਂ ਉਹਨੂੰ ਵਰਤੋਂ 'ਚ ਲਿਆਂਦਾ ਗਿਆ, ਬਿਲਕੁਲ ਇਸੇ ਤਰ੍ਹਾਂ ਜਦੋਂ ਡਰਾਈਵਰ ਰੋਡ ਤੇ ਚੱਲ ਜਾਂਦਾ ਤੇ ਕੀ ਉਹ ਵਾਪਸ ਟਿਕਟਾਂ ਤਾਂ ਨਹੀਂ ਲੈ ਰਿਹਾ ਜਾਂ ਉਹਦਾ ਬਿਹੇਵੀਅਰ ਕੀ ਆ ਰੋਡ ਦੇ ਉੱਤੇ, ਉਸ ਚੀਜ਼ ਨੂੰ ਮੋਨੀਟਰ ਕਰਨ ਵਾਸਤੇ ਜਿਹੜਾ ਹੈਗਾ ਆ ਇਹ ਇੰਪਲੋਇਰ ਪੁੱਲ ਨੋਟਿਸ ਜਿਹੜਾ ਜਾਂ ਈਪੀਐਨ ਜਿਹੜਾ ਹੈਗਾ ਉਹ ਸਾਡੇ ਕੈਲੀਫੋਰਨੀਆ ਸਟੇਟ ਵੱਲੋਂ ਆਜ਼ਾਦ ਕੀਤਾ ਗਿਆ ਜਾਂ ਕਹਿ ਲਓ ਕਿ ਇੰਪਲੀਮੈਂਟ ਕੀਤਾ ਗਿਆ ਸਿਸਟਮ ਹੈ। ਉਹਦੇ ਵਿੱਚ ਡਿਟੇਲ ਦੇ ਵਿੱਚ ਅਗਰ ਮੈਂ ਥੋੜਾ ਜਿਹਾ ਜਾਵਾਂ ਤੇ ਇੰਪਲੋਇਰ ਪੁੱਲ ਨੋਟਿਸ ਤੋਂ ਭਾਵ ਇਹ ਹੈ ਕਿ ਜਦੋਂ ਵੀ ਡਰਾਈਵਰ ਰੋਡ ਦੇ ਉੱਤੇ ਕਿਸੇ CHP ਵੱਲੋਂ ਜਾਂ ਕਿਸੇ ਜਿਹੜੀਆਂ ਤੁਹਾਡੀਆਂ ਹੈਗੀਆਂ ਆਪਣੀਆਂ ਹਾਈਵੇ ਪੈਟਰੋਲ ਵੱਲੋਂ ਕਿਸੇ ਵੀ ਇਨਫੋਰਸਮੈਂਟ ਏਜੰਸੀ ਵੱਲੋਂ ਜਾਂ ਸਕੇਲ ਦੇ ਉੱਤੇ ਵੇਟ ਸਕੇਲ ਦੇ ਉੱਤੇ ਜਦੋਂ ਡਰਾਈਵਰ ਪੁੱਲ ਹੁੰਦਾ, ਪੁੱਲ ਹੋਣ ਤੋਂ ਬਾਅਦ ਉਹ ਸਾਈਟੇਸ਼ਨ ਲੈਂਦਾ, ਤਾਂ ਨਾਰਮਲ ਕੰਡੀਸ਼ਨ ਦੇ ਵਿੱਚ ਇਸ ਪ੍ਰੋਗਰਾਮ ਤੋਂ ਪਹਿਲਾਂ ਸੀ ਕਿ ਡਰਾਈਵਰ ਸਾਈਟੇਸ਼ਨ ਲੈਣ ਤੋਂ ਬਾਅਦ ਆਪਣੇ ਮਾਲਕ ਨੂੰ ਜਾਂ ਆਪਣੇ ਇੰਪਲੋਇਰ ਨੂੰ ਇਹ ਗੱਲ ਨਹੀਂ ਸੀ ਡਿਸਕਲੋਜ਼ ਕਰਦਾ ਕਿ ਮੈਂ ਸਾਈਟੇਸ਼ਨ ਲੈ ਲਈ ਹੈ। ਫਾਰ ਐਗਜ਼ਾਮਪਲ ਮੈਂ ਮਿਸਾਲ ਦੇ ਤੌਰ ਤੇ ਦੱਸਾਂ, ਇੱਕ ਡਰਾਈਵਰ ਤੁਸੀਂ ਅੱਜ ਹਾਇਰ ਕੀਤਾ ਜਿਹਦੇ ਕੋਈ ਵੀ ਸਾਈਟੇਸ਼ਨ ਨਹੀਂ ਹੈ, ਪਰ ਤੁਹਾਡੇ ਨਾਲ ਕੰਮ ਕਰਨਾ ਸ਼ੁਰੂ ਕਰਨ ਤੋਂ ਬਾਅਦ ਉਹਨੇ 1 ਮਹੀਨੇ ਵਿੱਚ 4 ਸਾਈਟੇਸ਼ਨ ਲੈ ਲਈਆਂ, ਉਸ ਚੀਜ਼ ਨੂੰ ਮੋਨੀਟਰ ਕਰਨ ਵਾਸਤੇ ਇੰਪਲੋਇਰ ਪੁੱਲ ਨੋਟਿਸ ਜਿਹੜਾ ਆ ਉਹ ਵਰਤੋਂ 'ਚ ਲਿਆਂਦਾ ਜਾਂਦਾ ਕਿ ਜਦੋਂ ਵੀ ਡਰਾਈਵਰ ਨੂੰ ਔਨ ਰੋਡ ਸਾਈਟੇਸ਼ਨ ਮਿਲਦੀ ਹੈ ਡਰਾਈਵਿੰਗ ਦੇ ਮਾਮਲੇ ਵਿੱਚ, ਮਾੜੀ ਡਰਾਈਵਰ ਡਰਾਈਵਿੰਗ ਦੇ ਮਾਮਲੇ ਦੇ ਵਿੱਚ ਜਦੋਂ ਵੀ ਸਾਈਟੇਸ਼ਨ, ਚਾਹੇ ਓਵਰ ਸਪੀਡ ਹੈ ਜਾਂ ਉਹ ਰੈਕਲੈਸ ਡਰਾਈਵਿੰਗ ਹੈ
ਜਾਂ ਕੋਈ ਵੀ ਹੋਰ ਕਿਸੇ ਕਿਸਮ ਦੀ ਕੋਨਿਕ ਲੇਨ ਚੇਂਜ ਦੀ ਸਾਈਟੇਸ਼ਨ ਹੈ, ਕੋਈ ਵੀ ਕਿਸੇ ਕਿਸਮ ਦੀ ਡਰਾਈਵਿੰਗ ਨਾਲ ਸੰਬੰਧਿਤ ਸਾਈਟੇਸ਼ਨ ਜਦੋਂ ਮਿਲਦੀ ਹੈ ਤਾਂ ਡੀਐਮਵੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਜਿਹੜਾ ਕੈਲੀਫੋਰਨੀਆ ਹੈ ਉਹ ਇੰਪਲੋਇਰ ਨੂੰ ਬਕਾਇਦਾ ਨੋਟੀਫਿਕੇਸ਼ਨ ਭੇਜਦਾ। ਉਸ ਨੋਟੀਫਿਕੇਸ਼ਨ ਨੂੰ ਪੁੱਲ ਨੋਟਿਸ ਕਿਹਾ ਜਾਂਦਾ ਕਿ ਜਦੋਂ ਡਰਾਈਵਰ ਰੋਡ ਦੇ ਉੱਤੇ ਪੁੱਲ ਹੋਇਆ ਉਹਦਾ ਨੋਟਿਸ ਜਿਹੜਾ ਆ ਉਹ ਇੰਪਲੋਇਰ ਨੂੰ ਜਾਏਗਾ, ਸੋ ਉਹਦਾ ਨਾਂ ਇੰਪਲੋਇਰ ਪੁੱਲ ਨੋਟਿਸ ਰੱਖਿਆ ਗਿਆ ਹੈ ਤਾਂ ਕਿ ਡਰਾਈਵਰ ਨੂੰ ਜਦੋਂ ਉਹ ਰੋਡ ਤੇ ਜਾਂਦਾ ਉਹਨੂੰ ਤੁਸੀਂ ਆਪਣਾ ਮੋਨੀਟਰ ਕਰਨ ਵਾਸਤੇ ਤੁਹਾਨੂੰ ਸੌਖ ਰਵੇ, ਤੁਹਾਨੂੰ ਇਹ ਪਤਾ ਲੱਗ ਸਕੇ ਕਿ ਡਰਾਈਵਰ ਜਿਹੜਾ ਆ ਉਹਦਾ ਬਿਹੇਵੀਅਰ ਰੋਡ ਦੇ ਉੱਤੇ ਕਿਸ ਤਰ੍ਹਾਂ ਦਾ, ਉਸ ਚੀਜ਼ ਨੂੰ ਮੋਨੀਟਰ ਕਰਨ ਵਾਸਤੇ ਇੰਪਲੋਇਰ ਪੁੱਲ ਨੋਟਿਸ ਜਿਹੜਾ ਡਿਪਾਰਟਮੈਂਟ ਆਫ ਕੈਲੀਫੋਰਨੀਆ ਵੱਲੋਂ ਬੜਾ ਹੀ ਪਿਆਰਾ ਪ੍ਰੋਗਰਾਮ ਜਿਹੜਾ ਉਹ ਇਜਾਦ ਕੀਤਾ ਗਿਆ ਜਾਂ ਉਹਨੂੰ ਇੰਪਲੀਮੈਂਟ ਕੀਤਾ ਗਿਆ। ਠੀਕ ਹੈ ਟਾਂਡਾ ਸਾਹਿਬ, ਇੱਥੇ ਇੱਕ ਅਹਿਮ ਸਵਾਲ ਇੱਥੇ ਜ਼ਰੂਰ ਸਾਹਮਣੇ ਆਉਂਦਾ ਹੈ ਕਿਉਂਕਿ ਅਸੀਂ ਟਰੱਕਿੰਗ ਕੰਪਨੀ ਦੀ ਸ਼ੁਰੂਆਤ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਜਿਹੜੇ ਭਰਾ ਟਰੱਕਿੰਗ ਕੰਪਨੀ ਦੀ ਸ਼ੁਰੂਆਤ ਕਰਨਾ ਚਾਹੁੰਦੇ ਨੇ ਜਾਂ ਟਰੱਕ ਡਰਾਈਵਰ ਹਾਇਰ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਪਰ ਅੱਜ ਕੱਲ੍ਹ ਤੁਸੀਂ ਵੀ ਜਾਣਦੇ ਹੋ ਪੂਰੀ ਦੁਨੀਆ ਜਾਣਦੀ ਹੈ ਜਿਵੇਂ ਕਿ ਮਹਾਮਾਰੀ ਦਾ ਇਹ ਸਮਾਂ ਚੱਲ ਰਿਹਾ ਹੈ, ਕਈ ਥਾਵਾਂ ਤੇ ਲੋਕਡਾਊਨ ਹੈ ਅਤੇ ਕੁਛ ਕੁਛ ਥਾਵਾਂ ਹੀ ਲੋਕਡਾਊਨ ਤੋਂ ਬਾਹਰ ਆ ਕੇ ਖੁੱਲ ਸਕੀਆਂ ਨੇ। ਕੀ ਅਜਿਹੇ ਸਮੇਂ ਵਿੱਚ ਟਰੱਕਿੰਗ ਕੰਪਨੀ ਦੀ ਸ਼ੁਰੂਆਤ ਲਾਹੇਵੰਦ ਸੌਦਾ ਕਿਹਾ ਜਾ ਸਕਦਾ ਹੈ? ਦੇਖੋ ਇਹ ਸਵਾਲ ਜਿਹੜਾ ਆ ਇਹ ਇਕਨੋਮੀ ਨਾਲ ਜੁੜਿਆ ਸਵਾਲ ਆ ਪਲਿੰਦਰ ਸਿੰਘ ਜੀ, ਕੋਈ ਸ਼ੱਕ ਨਹੀਂ ਕਿ ਟਰੱਕਿੰਗ ਜਿਹੜੀ ਇੰਡਸਟਰੀ ਆ ਉਹ ਥੋੜੀ ਜਿਹੀ ਡਾਊਨ ਹੋਈ ਹੈ, ਪਰ ਜਿਵੇਂ ਫੈਡਰਲ ਨੇ ਜਾਂ ਟਰੰਪ ਸਰਕਾਰ ਨੇ ਬੜੇ ਵਧੀਆ ਤਰੀਕੇ ਨਾਲ ਇਹਨੂੰ ਹੈਂਡਲ ਕੀਤਾ ਹੈ ਪੈਕੇਜ ਦੇਣ ਦੇ ਮਾਮਲੇ ਵਿੱਚ, ਉਹਨਾਂ ਨੇ ਟਰੱਕਿੰਗ ਇੰਡਸਟਰੀ ਨੂੰ ਕਾਫੀ ਪੈਕੇਜ ਦੇ ਕੇ, ਰਿਲੀਫ ਪੈਕੇਜ ਦੇ ਕੇ ਜਾਂ ਪੀਪੀਈ ਪ੍ਰੋਗਰਾਮ ਦੇ ਅਧੀਨ ਉਹਨਾਂ ਨੇ ਕਾਫੀ ਉਹਨਾਂ ਨੂੰ ਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੰਮ ਥੋੜਾ ਜਿਹਾ ਜ਼ਰੂਰ ਘਟਿਆ ਹੈ, ਪਰ ਇਹ ਜਿਹੜੀਆਂ ਚੀਜ਼ਾਂ ਹੈ ਥੋੜ ਚਿਰੀਆਂ ਚੀਜ਼ਾਂ ਹੁੰਦੀਆਂ ਹੈ, ਇਹ ਜਿਹੜੇ ਇੰਪੈਕਟ ਹੁੰਦੇ ਆ ਬਹੁਤ ਥੋੜ ਚਿਰੇ ਹੁੰਦੇ ਆ। ਐਸ ਸੂਨ ਐਸ ਤੁਹਾਨੂੰ ਵੈਕਸੀਨ ਲੱਭ ਪੈਂਦੀ ਹੈ ਜਾਂ ਜਿਵੇਂ ਮੈਂ ਇਹ ਸਮਝਦਾ ਕਿ ਪਿਛਲੇ 3-4 ਮਹੀਨੇ ਤੋਂ ਬਾਅਦ ਅੱਜ ਦੀ ਡੇਟ ਵਿੱਚ ਬੇਸ਼ੱਕ ਅਮਰੀਕਾ ਦੇ ਵਿੱਚ ਜਿਹੜੇ ਨੰਬਰ ਆਫ ਕੇਸਿਸ ਆ ਕੋਵਿਡ ਦੇ ਉਹ ਬਹੁਤ ਬੁਰੀ ਤਰ੍ਹਾਂ ਵੱਧ ਚੁੱਕੇ ਆ। ਮਾਰਚ ਦੀ ਗੱਲ ਕਰੀਏ ਤਾਂ ਅੱਜ ਆਲਮੋਸਟ 4 ਗੁਣਾ ਕੇਸ ਉਸ 'ਚ ਵਧਣੇ ਸ਼ੁਰੂ ਹੋਏ ਆ, ਪਰ ਜੇਕਰ ਅਸੀਂ ਲੋਕਲ ਇੰਪੈਕਟ ਦੇਖੀਏ ਮਾਰਕੀਟ ਦੇ ਉੱਤੇ ਤਾਂ ਜਿਹੜਾ ਮਾਰਕੀਟ ਦਾ ਇੰਪੈਕਟ ਜਿਹੜਾ ਆ ਉਹ ਘਟਣਾ ਸ਼ੁਰੂ ਹੋ ਗਿਆ। ਲੋਕ ਹੁਣ ਥੋੜਾ ਜਿਹਾ ਬਾਹਰ ਜਾਣ ਵਿੱਚ ਕੰਫਰਟੇਬਲ ਫੀਲ ਵੀ ਕਰਦੇ ਆ, ਲੋਕ ਆਮ ਸਟੋਰਾਂ ਤੇ ਵੀ ਜਾਂਦੇ ਆ, ਹਾਂ ਪ੍ਰੀਕੋਸ਼ਨਸ ਲੈਣ ਲੱਗ ਪਏ ਆ, ਔਰ ਮੈਨੂੰ ਲੱਗਦਾ 2-3 ਮਹੀਨੇ 4 ਮਹੀਨੇ 'ਚ ਜੇ ਮਹਾਰਾਜ ਚਾਹੁਣ ਤੇ ਇਹ ਵੈਕਸੀਨ ਵੀ ਲੱਭੀ ਜਾਣੀ ਹੈ, ਕਿਉਂਕਿ ਇੰਨਾ ਕੁ ਸਮਾਂ ਵੈਕਸੀਨ ਬਣਨ ਨੂੰ ਬਣਦਾ ਆ, ਔਰ ਮੈਨੂੰ ਲੱਗਦਾ 3-4 ਮਹੀਨੇ ਦਾ ਇਹ ਬਹੁਤ ਹੀ ਥੋੜ ਚਿਰਾ ਜਿਹੜਾ ਆ ਉਹ ਪ੍ਰਭਾਵ ਪਏਗਾ, ਕਿਉਂਕਿ ਟਰੱਕਿੰਗ ਇੰਡਸਟਰੀ ਜਿਹੜੀ ਬਹੁਤ ਵੱਡੀ ਇੰਡਸਟਰੀ ਹੈ ਔਰ ਲੋਕਾਂ ਦੀਆਂ ਜ਼ਰੂਰਤਾਂ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਵੱਡੀਆਂ ਆ, ਔਰ ਜ਼ਰੂਰਤਾਂ ਦੇ ਨਾਲ ਟਰੱਕਿੰਗ ਇੰਡਸਟਰੀ ਜਿਹੜੀ ਡਾਇਰੈਕਟਲੀ ਰਿਲੇਟਡ ਹੋਣ ਕਰਕੇ ਇਸ ਇੰਡਸਟਰੀ ਨੂੰ ਛੋਟਾ ਫਰਕ ਜ਼ਰੂਰ ਪਿਆ ਜਾਂ ਪਵੇਗਾ, ਪਰ ਮੈਨੂੰ ਲੱਗਦਾ ਕਿ ਵੱਡੇ ਲੈਵਲ ਦਾ ਫਰਕ ਹੋਣਾ ਜਾਂ ਇਹ ਗੱਲ ਕਹਿਣੀ ਕਿ ਹਾਏ ਅਸੀਂ ਟਰੱਕਿੰਗ ਇੰਡਸਟਰੀ ਹੁਣ ਚੂਜ਼ ਹੀ ਨਾ ਕਰੀਏ ਕਿਉਂਕਿ ਹੁਣ ਕੋਵਿਡ ਸ਼ੁਰੂ ਹੋ ਗਿਆ, ਮੈਂ ਸਮਝਦਾ ਕਿ ਇਸ ਗੱਲ 'ਚ ਕੋਈ ਬਹੁਤਾ ਜ਼ਿਆਦਾ ਦਮ ਨਹੀਂ ਹੈ ਜਾਂ ਇਸ ਗੱਲ ਦਾ ਕੋਈ ਐਡਾ ਪ੍ਰਭਾਵ ਨਹੀਂ। ਠੀਕ ਹੈ ਤੇ ਹੁਣ ਅਸੀਂ ਅਗਲੇ ਸੈਗਮੈਂਟ ਪਰ ਵਧਦੇ ਹਾਂ ਕਿਉਂਕਿ ਇਹ ਸੈਗਮੈਂਟ ਜਿਹੜਾ ਹੈ ਸਾਡੇ ਜਿਹੜੇ ਡਰਾਈਵਰ ਭਰਾ ਨੇ ਉਹਨਾਂ ਲਈ ਬੇਸ਼ੱਕ ਖਾਸ ਹੁੰਦਾ ਕਿਉਂਕਿ ਅਸੀਂ ਉਹਨਾਂ ਦਾ ਹੀ ਸਵਾਲ ਲੈਂਦੇ ਹਾਂ ਟਾਂਡਾ ਸਾਹਿਬ, ਔਰ ਇਸ ਵਾਰੀ ਕਾਫੀ ਸਾਨੂੰ ਸਵਾਲ ਆਏ ਨੇ ਕਿਉਂਕਿ ਅਸੀਂ ਕਾਫੀ ਸਮੇਂ ਬਾਅਦ ਇਹ ਕਰ ਰਹੇ ਹਾਂ ਪ੍ਰੋਗਰਾਮ, ਔਰ ਸਾਨੂੰ ਲਗਾਤਾਰ ਬਹੁਤ ਵੱਡੀ ਗਿਣਤੀ ਵਿੱਚ ਸਵਾਲ ਵੀ ਸਾਡੇ ਦਰਸ਼ਕ ਸਾਨੂੰ ਭੇਜਦੇ ਨੇ, ਔਰ ਜੇਕਰ ਤੁਸੀਂ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਔਰ ਤੁਸੀਂ ਇਸ ਸੈਗਮੈਂਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਮੇਰਾ ਈਮੇਲ ਐਡਰੈਸ ਹੈ editorglobal@cktimetv.com ਅਤੇ ਸਾਡਾ ਨੰਬਰ ਜਿਹੜਾ ਹੈਗਾ 2752093038। ਜੀ ਹਾਂ, ਸਾਡਾ ਇਹ ਨੰਬਰ ਹੈਗਾ, ਤੁਸੀਂ ਇਹ ਨੰਬਰ ਨੋਟ ਕਰ ਲਓ ਅਤੇ ਸਾਨੂੰ ਫੌਰਨ ਸੰਪਰਕ ਕਰੋ। ਆਪਣੇ ਜਿਹੜੇ ਸਵਾਲ ਨੇ ਤੁਸੀਂ ਮੈਨੂੰ ਜ਼ਰੂਰ SMS ਰਾਹੀਂ WhatsApp ਰਾਹੀਂ ਭੇਜ ਸਕਦੇ ਹੋ। ਮੇਰਾ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, ਮੇਰਾ ਨੰਬਰ ਹੈ 2092753038, 209-275-3038, ਅਤੇ ਮੇਰਾ ਈਮੇਲ ਐਡਰੈਸ editorglobal@cktimetv.com। ਅਤੇ ਅੱਜ ਦਾ ਪਹਿਲਾ ਸਵਾਲ ਅਸੀਂ ਲੈਂਦੇ ਹਾਂ ਟਾਣਾ ਸਾਹਿਬ, ਅੱਜ ਜਿਹੜਾ ਪਹਿਲਾ ਸਵਾਲ ਆਇਆ ਹੋਇਆ ਉਹ ਹੈ ਬੇਕਰ ਸਟਰੀਟ ਤੋਂ ਪੁਸ਼ਪਿੰਦਰ ਸਿੰਘ ਜੀ ਦਾ ਇਹ ਸਵਾਲ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਕਲੀਅਰਿੰਗ ਹਾਊਸ ਸੰਬੰਧੀ ਨਵੇਂ ਕਾਨੂੰਨ ਕੀ ਨੇ, ਟਾਣਾ ਸਾਹਿਬ ਇਹ ਸਾਨੂੰ ਦੱਸੋ। ਬਲਿੰਦਰ ਜੀ, ਇਹ ਵੀ ਬਿਲਕੁਲ ਉਹੀ ਜਿਵੇਂ ਅਸੀਂ ਡਰੱਗ ਟੈਕਸ ਦੀ ਗੱਲ ਕੀਤੀ ਸੀ, ਕਲੀਅਰਿੰਗ ਹਾਊਸ ਵੀ ਡਰੱਗ ਟੈਕਸ ਨਾਲ ਰਿਲੇਟਡ ਇੱਕ ਨਵਾਂ ਜਿਹੜਾ ਲਾਅ ਹੈ, ਜਨਵਰੀ 6, 2020 ਤੋਂ ਇੰਪਲੀਮੈਂਟ ਕੀਤਾ ਗਿਆ। ਇਹ ਵੀ ਇੱਕ ਬੜੀ ਜ਼ਰੂਰੀ ਚੀਜ਼ ਸੀ। ਦੇਖੋ ਲਾਅ ਉਦੋਂ ਬਣਦਾ ਹੈ ਜਦੋਂ ਅਸੀਂ ਕਿਤੇ ਨਾ ਕਿਤੇ ਗਲਤੀ ਕਰਦੇ ਹਾਂ ਜਾਂ ਅਸੀਂ ਕਿਸੇ ਪੁਰਾਣੇ ਲਾਅ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਰਕਾਰਾਂ ਨੂੰ ਨਵੇਂ ਲਾਅ ਜਿਹੜੇ ਇੰਪਲੀਮੈਂਟ ਕਰਨੇ ਪੈਂਦੇ ਆ। ਬਿਲਕੁਲ ਇਸੇ ਤਰ੍ਹਾਂ ਇਸ ਕੇਸ ਵਿੱਚ ਵੀ ਹੋਇਆ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਜਦੋਂ ਡਰਾਈਵਰ ਹਾਇਰ ਕਰਦੇ ਹਾਂ
ਤਾਂ ਸਭ ਤੋਂ ਪਹਿਲਾਂ ਪ੍ਰੀ ਇੰਪਲੋਇਮੈਂਟ ਟੈਸਟ ਹੁੰਦਾ ਹੈ। ਕਈ ਵਾਰ ਕੀ ਹੁੰਦਾ ਸੀ ਕਿ ਪ੍ਰੀ ਇੰਪਲੋਇਮੈਂਟ ਟੈਸਟ ਹੋਣ ਤੋਂ ਬਾਅਦ ਡਰਾਈਵਰ ਦੀ ਰਿਪੋਰਟ ਜਿਹੜੀ ਹੈ ਉਹ ਪੋਜ਼ਿਟਿਵ ਆ ਜਾਂਦੀ ਸੀ। ਨਾ ਤਾਂ ਉਹ ਕਲੈਕਸ਼ਨ ਏਜੰਸੀ, ਨਾ ਹੀ ਡਰੱਗ ਟੈਸਟ ਵਾਲੀ ਏਜੰਸੀ ਤੇ ਨਾ ਹੀ ਇੰਪਲੋਇਰ, ਕੋਈ ਵੀ ਸਿਸਟਮ ਨਹੀਂ ਸੀ ਫੈਡਰਲ ਮੋਟਰ ਕੈਰੀਅਰ ਨੂੰ ਨੋਟੀਫਾਈ ਕਰਨ ਦਾ ਜਾਂ ਉਹਨਾਂ ਨੂੰ ਦੱਸਣ ਦਾ ਜਾਂ ਨੋਟਿਸ ਭੇਜਣ ਦਾ ਕਿ ਫਲਾਨੇ ਡਰਾਈਵਰ ਦਾ ਜਿਹੜਾ ਡਰੱਗ ਟੈਸਟ ਹੈ ਉਹ ਪੋਜ਼ਿਟਿਵ ਆ ਗਿਆ। ਸੋ ਉਹਦਾ ਨੁਕਸਾਨ ਕੀ ਹੋ ਰਿਹਾ ਸੀ ਕਿ ਅੱਜ ਮੰਨ ਲਓ ਇੱਕ ਡਰਾਈਵਰ ਮੇਰੇ ਕੋਲ ਹਾਇਰ ਹੋਣ ਵਾਸਤੇ ਆਉਂਦਾ ਹੈ, ਮੇਰੇ ਕੋਲ ਉਹਦਾ ਡਰੱਗ ਟੈਸਟ ਪੋਜ਼ਿਟਿਵ ਆ ਗਿਆ ਤੇ ਮੈਂ ਉਹਨੂੰ ਬੜੀ ਆਸਾਨੀ ਨਾਲ ਡਿਨਾਈ ਕਰ ਦੇਵਾਂਗਾ ਕਿ ਭਾਈ ਸਾਹਿਬ ਨਹੀਂ ਮੈਂ ਤੈਨੂੰ ਹਾਇਰ ਨਹੀਂ ਕਰ ਸਕਦਾ ਕਿਉਂਕਿ ਤੁਹਾਡਾ ਡਰੱਗ ਟੈਸਟ ਪੋਜ਼ਿਟਿਵ ਹੈ। ਪਰ ਇਹ ਗੱਲ ਇੱਥੇ ਮੁੱਕ ਜਾਂਦੀ ਸੀ। ਇਹ ਗੱਲ ਮੁੱਕਣ ਤੋਂ ਬਾਅਦ ਉਹ ਆਦਮੀ ਦੋ ਚਾਰ ਦਿਨ ਹੋਰ ਰੈਸਟ ਕਰਦਾ ਸੀ, ਦੋ ਚਾਰ ਦਿਨ ਹੋਰ ਫਲੂਇਡ ਦਾ ਸੇਵਨ ਕਰਦਾ ਸੀ, ਗੈਟਰੇਡ ਪੀਂਦਾ ਸੀ, ਲੱਸੀ ਨਿੰਬੂ ਪੀਂਦਾ ਸੀ, ਪੰਜ ਚਾਰ ਦਿਨ ਬਾਅਦ ਫਲੱਸ਼ ਆਊਟ ਹੋ ਜਾਂਦਾ ਜਿਹੜੇ ਟ੍ਰੇਸਿਸ ਹੈਗੇ ਆ ਡਰੱਗ ਦੇ, ਔਰ ਉਹ ਦੂਸਰੀ ਜਗ੍ਹਾ ਜਾ ਕੇ ਹਾਇਰ ਹੋਣ ਵਾਸਤੇ ਆਪਣਾ ਡਰੱਗ ਟੈਸਟ ਕਰਵਾਉਂਦਾ, ਉਹ ਪ੍ਰੀ ਇੰਪਲੋਇਮੈਂਟ ਵੀ ਉੱਥੇ ਪਾਸ ਹੋ ਜਾਂਦਾ ਤੇ ਉੱਥੇ ਉਹ ਫਿਰ ਜੋਬ ਸਟਾਰਟ ਕਰ ਦਿੰਦਾ। ਸੋ ਉਹਦਾ ਨੁਕਸਾਨ ਕੀ ਸੀ ਕਿ ਜਿਹੜਾ ਡਰੱਗ ਸਿਸਟਮ ਹੈ ਜਾਂ ਡਰੱਗ ਖਾਣੀ ਜਿਹੜੀ ਹੈ ਉਹ ਕਿਸੇ ਹੱਦ ਤੱਕ ਬੰਦ ਨਹੀਂ ਸੀ ਹੋ ਰਹੀ, ਕਿਉਂਕਿ ਇਸ ਸਿਸਟਮ ਨੂੰ ਬਾਈਪਾਸ ਕੀਤਾ ਜਾ ਰਿਹਾ ਸੀ ਇੱਕ ਸਿਸਟਮ ਦੀ ਕਮੀ ਕਾਰਨ। ਸੋ ਫੈਡਰਲ ਮੋਟਰ ਕੈਰੀਅਰ ਨੇ ਹੁਣ ਇੱਕ ਲਾਅ ਨਵਾਂ ਬਣਾਇਆ ਜਿਹਦੇ ਅੰਦਰ ਜਦੋਂ ਵੀ ਇੱਕ ਡਰਾਈਵਰ ਦਾ ਡਰੱਗ ਟੈਸਟ ਹੁੰਦਾ ਜੇਕਰ ਉਹ ਨੈਗੇਟਿਵ ਆਉਂਦਾ ਤੇ ਫਿਰ ਕੋਈ ਗੱਲ ਨਹੀਂ, ਅਗਰ ਉਹ ਡਰਾਈਵਰ ਦਾ ਟੈਸਟ ਜਿਹੜਾ ਪੋਜ਼ਿਟਿਵ ਹੋ ਜਾਂਦਾ ਤਾਂ ਉਹ ਜਿਹੜਾ ਕੰਸੋਰਟੀਅਮ ਜਿਹੜਾ ਉਸ ਡਰੱਗ ਟੈਸਟ ਨੂੰ ਹੈਂਡਲ ਕਰ ਰਿਹਾ ਜਾਂ ਜਿਹੜੀ ਲੈਬ ਜਿਹਨੇ ਉਹ ਡਰੱਗ ਟੈਸਟ ਕੀਤਾ ਆ ਜਾਂ TPA ਜਿਹਨੂੰ ਅਸੀਂ ਥਰਡ ਪਾਰਟੀ ਐਡਮਿਨਿਸਟ੍ਰੇਸ਼ਨ ਕਹਿੰਦੇ ਹਾਂ, ਤਿੰਨਾਂ ਵਿੱਚੋਂ ਕੋਈ ਵੀ ਬੰਦਾ ਇਸ ਚੀਜ਼ ਨੂੰ ਡਿਨਾਈ ਨਹੀਂ ਕਰ ਸਕਦਾ ਔਰ ਉਹਨੂੰ ਕਾਨੂੰਨ ਉਸ ਬੰਦੇ ਦਾ ਨਾਂ ਜਿਹੜਾ ਹੈਗਾ ਜਾਂ ਉਹਦੀ ID ਹੈ, ਉਹਦਾ ਲਾਇਸੈਂਸ ਨੰਬਰ ਹੈ, ਉਸ ਕਲੀਅਰਿੰਗ ਹਾਊਸ ਦੇ ਵਿੱਚ ਪਾਉਣਾ ਪਵੇਗਾ ਕਿ ਫਲਾਨੇ ਡਰਾਈਵਰ ਦਾ ਡਰੱਗ ਟੈਸਟ ਜਿਹੜਾ ਹੈ ਇਸ ਤਰੀਕ ਨੂੰ ਪੋਜ਼ਿਟਿਵ ਆਇਆ। ਹੁਣ ਜਦੋਂ ਕੋਈ ਨਵਾਂ ਬੰਦਾ ਉਹਨੂੰ ਹਾਇਰ ਕਰੇਗਾ ਤਾਂ ਉਹਨੂੰ ਇੱਕ ਲਾਅ ਬਣਾਇਆ ਗਿਆ ਕਲੀਅਰਿੰਗ ਹਾਊਸ ਕਿ ਉਹਨੂੰ ਡਰਾਈਵਰ ਹਾਇਰ ਕਰਨ ਤੋਂ ਪਹਿਲਾਂ ਉਸ ਕਲੀਅਰਿੰਗ ਹਾਊਸ ਤੋਂ ਜਾਂ ਉਸ ਸਿਸਟਮ ਦੇ ਵਿੱਚ ਡਰਾਈਵਰ ਦਾ ਨਾਂ ਪਾ ਕੇ ਕੱਢਣਾ ਪਏਗਾ, ਉਹਦੀ ਬੈਕਗ੍ਰਾਉਂਡ ਚੈੱਕ ਕਰਨੀ ਪਏਗੀ ਕਿ ਇਸ ਡਰਾਈਵਰ ਦਾ ਪਿਛਲੇ ਸਮੇਂ ਵਿੱਚ ਕਦੀ ਵੀ ਡਰੱਗ ਟੈਸਟ ਪੋਜ਼ਿਟਿਵ ਤਾਂ ਨਹੀਂ ਹੋਇਆ। ਸੋ ਇਹ 2-dimensional ਪ੍ਰੋਗਰਾਮ ਹੈ ਕਿ ਜਦੋਂ ਵੀ ਇੱਕ ਹਰ ਇੱਕ ਡਰਾਈਵਰ ਨੂੰ ਆਪਣੇ ਆਪ ਨੂੰ ਇਨਰੋਲ ਕਰਾਉਣਾ ਪਵੇਗਾ, ਹਰੇਕ TPA ਨੂੰ, ਹਰੇਕ ਕੰਸੋਰਟੀਅਮ ਨੂੰ, ਹਰੇਕ ਜਿਹੜੀ ਲੈਬ ਹੈਗੀ ਆ ਉਹਨੂੰ ਉਹਦੇ ਉੱਤੇ ਡੰਡਾ ਇੱਕ ਚਾੜਿਆ ਗਿਆ, ਡੰਡਾ ਉਹਨੂੰ ਉਹਦੇ ਉੱਤੇ ਸਿਰ ਤੇ ਰੱਖਿਆ ਗਿਆ ਕਿ ਭਾਈ ਤੁਹਾਨੂੰ ਇਸ ਡਰੱਗ ਟੈਸਟ ਪੋਜ਼ਿਟਿਵ ਜਿਹੜਾ ਆਉਣਾ ਆ ਉਹ ਤੁਹਾਨੂੰ ਇਨਰੋਲ ਕਰਨਾ ਪਵੇਗਾ, ਉਹ ਡਰਾਈਵਰ ਦਾ ਨਾਮ ਜਿਹੜਾ ਆ ਉਹ ਸਿਸਟਮ ਦੇ ਵਿੱਚ ਪਾਉਣਾ ਪਏਗਾ। ਤੇ ਹੁਣ ਡਰਾਈਵਰ ਦੇ ਕੋਲ ਬਚਣ ਦਾ ਕੋਈ ਚਾਂਸ ਨਹੀਂ, ਉਹਨੂੰ ਆਪਣਾ ਜਿਹੜਾ 2 ਜਾਂ 3 ਸਾਲ ਦਾ ਜਾਂ 1 ਸਾਲ ਦਾ ਜਿਹੜਾ ਪ੍ਰੋਗਰਾਮ ਆ ਬੈਕ ਟੂ ਡਿਊਟੀ ਸਟੇਟਸ ਉਹ ਕੰਪਲੀਟ ਕਰਨਾ ਹੀ ਪਏਗਾ। ਉਹਨੂੰ ਜਿਹੜਾ ਡਰੱਗ ਟੈਸਟਿੰਗ ਜਦੋਂ ਪੋਜ਼ਿਟਿਵ ਆ ਜਾਂਦੀ ਹੈ ਤੇ ਜਿਹੜਾ ਪ੍ਰੋਸੀਜਰ ਉਹਨੂੰ ਫਾਲੋ ਕਰਨਾ ਪੈਂਦਾ ਡਰਾਈਵਰ ਨੂੰ ਐਕਚੁਅਲੀ 2 ਜਾਂ 3 ਸਾਲ ਦਾ, ਉਸ ਪ੍ਰੋਗਰਾਮ ਵਿੱਚ ਜਾਣਾ ਹੀ ਪਵੇਗਾ। ਇਸ ਤੋਂ ਪਹਿਲਾਂ ਡਰਾਈਵਰ ਜਿਹੜੇ ਆ ਇਸ ਚੀਜ਼ ਨੂੰ ਬਾਈਪਾਸ ਕਰ ਜਾਂਦੇ ਸੀ ਕਿਉਂਕਿ ਜਦੋਂ ਪੋਜ਼ਿਟਿਵ ਆਉਂਦਾ ਸੀ ਉਹ ਰਿਪੋਰਟ ਉੱਥੇ ਦੱਬੀ ਜਾਂਦੀ ਸੀ, ਉਹ 10-15 ਦਿਨ ਜਾਂ 5 ਦਿਨ ਬਾਅਦ ਦੂਜੇ ਇੰਪਲੋਇਰ ਕੋਲ ਜਾ ਕੇ ਪੋਜ਼ਿਟਿਵ ਰਿਪੋਰਟ ਕਰਵਾ, ਆਪਣੀ ਨੈਗੇਟਿਵ ਰਿਪੋਰਟ ਕਰਵਾ ਕੇ ਤੇ ਉੱਥੇ ਜਿਹੜਾ ਹਾਇਰ ਹੋ ਜਾਂਦੇ ਸੀ। ਸੋ ਇਹ ਗੱਲ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗਦੀ, ਜਦਕਿ ਹੁਣ ਇਸ ਚੀਜ਼ ਨੂੰ ਬਾਈਪਾਸ ਕਰਨਾ ਬੜਾ ਮੁਸ਼ਕਲ ਹੋ ਗਿਆ। ਇਹ ਬੜਾ ਵਧੀਆ ਪ੍ਰੋਗਰਾਮ ਆ, ਮੈਨੂੰ ਲੱਗਦਾ ਕਿ ਜਿਹੜੀ ਡਰੱਗ ਦਾ ਸੇਵਨ ਇੰਨਾ ਇੰਡਸਟਰੀ ਵਿੱਚ ਹੋ ਰਿਹਾ ਉਹਨੂੰ ਨੱਥ ਪਾਉਣ ਵਿੱਚ ਇਹ ਜਿਹੜਾ ਕਾਨੂੰਨ ਹੈ ਆਉਣ ਵਾਲੇ 2-3 ਸਾਲ ਵਿੱਚ ਬਹੁਤ ਚੰਗਾ ਸਹਾਈ ਹੋਵੇਗਾ। ਠੀਕ ਹੈ ਪੁਸ਼ਪਿੰਦਰ ਜੀ, ਉਮੀਦ ਹੈ ਕਿ ਤੁਹਾਨੂੰ ਤੁਹਾਡਾ ਜਿਹੜਾ ਸਵਾਲ ਦਾ ਜਵਾਬ ਜਿਹੜਾ ਹੈ ਜ਼ਰੂਰ ਮਿਲ ਗਿਆ ਹੋਵੇਗਾ। ਅਗਲੇ ਸਵਾਲ ਵੱਲ ਵਧਿਆਂ ਜੀ, ਟਾਣਾ ਸਾਹਿਬ ਅਗਲਾ ਜਿਹੜਾ ਸਵਾਲ ਹੈ ਉਹ ਫ੍ਰੈਸਨੋ ਤੋਂ ਜਗਦੀਪ ਰੰਧਾਵਾ ਜੀ ਨੇ ਪੁੱਛਿਆ ਹੈਗਾ। ਜਗਦੀਪ ਜੀ ਕਹਿੰਦੇ ਨੇ ਕਿ ਮੈਨੂੰ ਮੋਟਰ ਕਰੀਅਰ ਪਰਮਿਟ ਅਪਲਾਈ ਕੀਤਾ ਹੋਇਆ 2 ਮਹੀਨੇ ਹੋ ਚੁੱਕੇ ਨੇ, ਹਾਲਾਂ ਤੱਕ ਨਹੀਂ ਮਿਲ ਰਿਹਾ, ਕੀ ਕਾਰਨ ਹੋ ਸਕਦੇ ਨੇ? ਇੱਕ ਬੜਾ ਨੈਚੁਰਲ ਹੈਗਾ, ਕੈਲੀਫੋਰਨੀਆ ਜਿਹੜੀ DMV ਹੈ, ਪਹਿਲੀ ਗੱਲ ਕਿ ਕੋਵਿਡ ਕਰਕੇ ਉੱਥੇ ਕੰਮ ਕਾਫੀ ਡਿਲੇ ਹੋ ਰਿਹਾ, ਔਰ ਵੈਸੇ ਵੀ ਜਿਹੜਾ ਮੋਟਰ ਕੈਰੀਅਰ ਪਰਮਿਟ ਹੁਣ ਮੈਨੂੰ ਪਤਾ ਨਹੀਂ ਹੈ ਕਿ ਇਹਨਾਂ ਦਾ ਸੋਲ ਪ੍ਰੋਪਰੇਟਰ ਵਿੱਚ ਹੈਗਾ ਜਾਂ ਉਹ ਕਾਰਪੋਰੇਸ਼ਨ ਦੇ ਅੰਡਰ ਹੈਗਾ। ਜਿਹੜਾ ਸੋਲ ਪ੍ਰੋਪਰੇਟਰ ਹੈਗਾ ਉਹਨੂੰ ਥੋੜਾ ਜਿਹਾ ਟਾਈਮ ਘੱਟ ਲੱਗਦਾ, ਪਰ ਜਿਹੜੀ ਕਾਰਪੋਰੇਸ਼ਨ ਹੈਗੀ ਹੈ ਉਹਦੇ ਵਿੱਚ ਮੋਟਰ ਕੈਰੀਅਰ ਪਰਮਿਟ ਦੀਆਂ 2 ਕੰਡੀਸ਼ਨ ਹੁੰਦੀਆਂ। ਪਹਿਲੀ ਚ 3 ਕੰਡੀਸ਼ਨ ਲਾ ਲਓ, ਕਿ ਪਹਿਲਾ $250 ਦਾ ਤੁਹਾਡਾ ਚੈੱਕ, ਇੱਕ ਟਰੱਕ ਜੇਕਰ ਇੱਕ ਤੋਂ ਵੱਧ ਟਰੱਕ ਹੈ ਤਾਂ ਉਹਦੇ ਹਿਸਾਬ ਨਾਲ ਜਿੰਨੀ ਵੀ ਉਹਦੀ ਪੇਮੈਂਟ ਬਣਨੀ ਹੈ ਉਹਦਾ ਚੈੱਕ ਕੈਸ਼ ਹੋਇਆ ਹੋਣਾ ਚਾਹੀਦਾ। ਉਸ ਤੋਂ ਬਾਅਦ ਦੂਜੀ ਵੱਡੀ ਰਿਕੁਆਇਰਮੈਂਟ ਹੈ ਉਹ DMV ਦਾ
ਇੰਸ਼ੋਰੈਂਸ ਫਾਈਲਿੰਗ ਅਸੀਂ ਉਹਨੂੰ ਕਹਿੰਦੇ ਹਾਂ, ਸਟੇਟ ਫਾਈਲਿੰਗ ਇੰਸ਼ੋਰੈਂਸ ਦੀ, ਜਿਹੜਾ ਕਿ DMB 65 MCP ਇੱਕ ਫਾਰਮ ਹੁੰਦਾ ਜਿਹੜਾ ਕਿ ਉਹਨਾਂ ਦੀ ਇੰਸ਼ੋਰੈਂਸ ਕੰਪਨੀ ਨੇ ਫਾਈਲ ਕਰਨਾ ਹੁੰਦਾ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੂੰ, ਔਰ ਉਹ ਹੋ ਸਕਦਾ ਉਹ ਨਾ ਫਾਈਲ ਹੁੰਦਾ ਹੋਵੇ। ਪਰ ਇੱਕ ਇਹ ਵੀ ਕਾਰਨ ਹੈ ਕਿ ਕਈ ਵਾਰੀ ਜਿਹੜੀਆਂ ਇੰਸ਼ੋਰੈਂਸ ਏਜੰਸੀ ਫਾਈਲ ਕਰ ਦਿੰਦੀਆਂ DMB ਅਪਡੇਟ ਕਰਨ ਵਾਸਤੇ ਕਰੀਬ ਕਰੀਬ ਉਹਨੂੰ 1.5 ਤੋਂ ਲੈ ਕੇ 2 ਮਹੀਨੇ ਲੈ ਲੈਂਦੀ ਹੈ। ਸੋ ਤੀਜੀ ਇੰਪੋਰਟੈਂਟ ਚੀਜ਼ ਹੈ, ਜੇਕਰ ਇਹਨਾਂ ਦੀ ਜਿਹੜੀ ਪਾਰਟਨਰਸ਼ਿਪ ਹੈ ਕੰਪਨੀ, ਜਾਂ ਇਹਨਾਂ ਕੋਲ ਡਰਾਈਵਰ ਇੱਕ ਤੋਂ ਵੱਧ ਹਨ, ਜਾਂ ਸੋਲ ਪ੍ਰੋਪਰਟੀ ਓਨਰ, ਜਾਂ ਇਹਨਾਂ ਦੀ ਕਾਰਪੋਰੇਸ਼ਨ ਹੈ, ਜਾਂ ਪਾਰਟਨਰਸ਼ਿਪ ਹੈ, ਜਾਂ LLC ਹੈ, ਉਸ ਕੰਡੀਸ਼ਨ ਦੇ ਵਿੱਚ ਇਹਨਾਂ ਦੇ ਕੋਲ ਇੰਪਲੋਇਰ ਪੁੱਲ ਨੋਟਿਸ, ਜਿਹਦੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਦੋਂ ਡਰਾਈਵਰ ਹਾਇਰ ਹੁੰਦਾ ਤੇ ਇੰਪਲੋਇਰ ਪੁੱਲ ਨੋਟਿਸ ਜਿਹੜਾ ਉਹ ਇਨਰੋਲ ਹੋਣਾ ਚਾਹੀਦਾ। ਸੋ ਇੰਪਲੋਇਰ ਪੁੱਲ ਨੋਟਿਸ ਜਿਹੜਾ ਨੰਬਰ ਹੈ ਉਸ ਐਪਲੀਕੇਸ਼ਨ ਦੇ ਉੱਤੇ ਅੰਕਿਤ ਹੋਣਾ ਚਾਹੀਦਾ। ਸੋ ਮੈਨੂੰ ਲੱਗਦਾ ਇਹਨਾਂ ਨੂੰ ਚੈੱਕ ਕਰਨਾ ਚਾਹੀਦਾ DMB ਕੋਲੋਂ, ਜਾਂ ਤਾਂ ਇੰਪਲੋਇਰ ਪੁੱਲ ਨੋਟਿਸ ਨੰਬਰ ਨਹੀਂ ਉਹਨਾਂ ਨੂੰ ਮਿਲਿਆ, ਜਾਂ ਇਹਨਾਂ ਨੂੰ ਉਸ ਕਹਿ ਲਓ ਵੀ ਪ੍ਰੋਸੀਜਰ ਦਾ ਪਤਾ ਨਹੀਂ ਹੋਵੇਗਾ। ਜੇਕਰ ਇੰਪਲੋਇਰ ਪੁੱਲ ਨੋਟਿਸ ਇਹਨਾਂ ਨੇ ਨਹੀਂ ਅਪਲਾਈ ਕੀਤਾ, ਇਹਨਾਂ ਨੂੰ ਅਪਲਾਈ ਕਰਕੇ ਉਹ ਨੰਬਰ ਦੁਆਰਾ DMB ਨੂੰ ਲਿਖਾਉਣਾ ਚਾਹੀਦਾ। ਔਰ ਜੇਕਰ ਇੰਸ਼ੋਰੈਂਸ ਉੱਤੇ ਨਹੀਂ ਪਹੁੰਚੀ ਤਾਂ ਆਪਣੇ ਏਜੰਟ ਨੂੰ ਦੁਆਰਾ ਕਾਲ ਕਰਕੇ ਇੰਸ਼ੋਰੈਂਸ ਦਾ ਜਿਹੜਾ DMB 65 MCP ਫਾਰਮ ਜਿਹੜਾ ਆ ਉਹ ਜਲਦ ਤੋਂ ਜਲਦ DMB ਨੂੰ ਭਿਜਵਾਉਣਾ ਚਾਹੀਦਾ। ਪਰ ਫਿਰ ਵੀ ਇਹ ਪ੍ਰੋਸੀਜਰ ਜਿਹੜਾ ਆ ਇਹ 2 ਤੋਂ ਲੈ ਕੇ 3 ਮਹੀਨੇ ਤੱਕ ਲੈ ਸਕਦਾ, ਅੱਜ ਕੱਲ੍ਹ ਕੋਵਿਡ ਦੇ ਚਲਦੇ। ਠੀਕ ਹੈ ਜਗਦੀਪ ਜੀ, ਜ਼ਰੂਰ ਤੁਸੀਂ ਜੋ ਟਾਂਡਾ ਸਾਹਿਬ ਨੇ ਸਲਾਹਾਂ ਦਿੱਤੀਆਂ ਨੇ ਉਹਨਾਂ ਤੇ ਅਮਲ ਕਰੋ, ਅਤੇ ਜੋ ਜੋ ਕਦਮ ਉਹਨਾਂ ਨੇ ਦੱਸੇ ਨੇ ਉਹਨਾਂ ਕਦਮਾਂ ਤੇ ਜ਼ਰੂਰ ਚੱਲੋ। ਹੋ ਸਕਦਾ ਤੁਹਾਨੂੰ 6 ਤੋਂ 6 ਮਹੀਨੇ ਤੁਹਾਡਾ ਜਿਹੜਾ ਹੈ ਤੁਹਾਡੀ ਜਿਹੜੀ ਮੁਸ਼ਕਿਲ ਹੈ ਉਹ ਹੱਲ ਹੋ ਜਾਏ। ਠੀਕ ਹੈ ਜੀ, ਅੱਗੇ ਵਧਦੇ ਹਾਂ। ਔਰ ਅਗਲਾ ਜਿਹੜਾ ਸਵਾਲ ਹੈ ਉਹ ਦਰਸ਼ਨ ਕੰਗ ਜੀ ਨੇ ਯੁਵਾ ਸਿਟੀ ਤੋਂ ਉਹ ਸਵਾਲ ਕਰ ਰਹੇ ਨੇ ਟਾਂਡਾ ਸਾਹਿਬ ਕਿ ਮੇਰੇ ਕੋਲ ਜਿਹੜਾ ਇੰਟਰਾ ਸਟੇਟ ਡਿਊਟੀ ਹੈ, ਕਿ ਮੈਂ ਕਦੇ ਕਦੇ ਹੀ ਰੈਨੋ ਨੇਵਾਡਾ ਜਾ ਸਕਦਾ ਜਾਂ ਨਹੀਂ? ਹਾਂਜੀ ਬਿਲਕੁਲ, ਇਹ ਬੜਾ ਕਾਮਨ ਜਿਹਾ ਸਵਾਲ ਹੈਗਾ ਹੈ ਆਪਣਾ ਪਲਿੰਦਰ ਸਿੰਘ ਜੀ, ਕਿਉਂਕਿ ਅਕਸਰ ਜਿਹੜਾ ਰੀਨੋ ਨਿਵਾਡਾ ਜਿਹੜਾ ਹੈਗਾ ਆ ਉਹ ਕੈਲੀਫੋਰਨੀਆ ਦੇ ਬਾਰਡਰ ਤੇ ਪੈਣ ਕਰਕੇ ਜਿਹੜੇ ਲੋਕ ਅਕਸਰ ਲੋਕਲ ਕੈਲੀਫੋਰਨੀਆ ਜੇ ਟਰੈਕਿੰਗ ਕਰਦੇ ਆ ਉਹਨਾਂ ਨੂੰ ਕਦੇ ਕਦਾਈ ਰੀਨੋ ਦੇ ਲੋਡ ਜਿਹੜੇ ਕਾਫੀ ਵਧੀਆ ਪੈਸੇ ਪੇ ਕਰਦੇ ਆ। ਔਰ ਪਰ ਉਹਦੇ ਵਿੱਚ ਪ੍ਰੋਬਲਮ ਕੀ ਹੈ ਕਿ ਤੁਹਾਨੂੰ ਬਾਰਡਰ ਕ੍ਰੋਸ ਕਰਨਾ ਪੈਂਦਾ। ਬਾਰਡਰ ਕ੍ਰੋਸ ਕਰਨ ਵਾਸਤੇ ਤੁਹਾਡੇ ਕੋਲ ਜਾਂ ਤਾਂ ਜੇ ਤਾਂ ਉਹਨਾਂ ਨੇ ਸਾਲ 'ਚ ਇੱਕ ਅੱਧੀ ਵਾਰੀ ਜਾਣਾ ਹੁੰਦਾ ਹੈ ਤਾਂ ਉਹ ਆਪਣਾ ਟ੍ਰਿਪ ਪਰਮਿਟ ਲੈ ਸਕਦੇ ਆ, ਨਾਲ ਫਿਊਲ ਪਰਮਿਟ ਲੈ ਕੇ ਉੱਧਰ ਜਾ ਸਕਦੇ ਆ। ਪਰ ਜੇਕਰ ਉਹਨਾਂ ਨੇ ਫ੍ਰੀਕੁਐਂਟਲੀ ਲੈਣਾ ਹੈ ਤਾਂ ਮੇਰੀ ਉਹਨਾਂ ਨੂੰ ਐਡਵਾਈਸ ਇਹ ਹੋਏਗੀ ਕਿ ਉਹ ਆਪਣੀ ਇੰਟਰਾ ਸਟੇਟ ਅਥਾਰਟੀ ਜਾਏ, ਆਪਣੀ ਜਿਹੜੀ DOT ਹੈ ਉਹਨੂੰ ਇੰਟਰਾ ਸਟੇਟ ਕਰਵਾਉਣ, ਔਰ ਨਾਲ ਆਪਣਾ MC ਪਰਮਿਟ ਜਿਹਨੂੰ ਅਸੀਂ ICC ਪਰਮਿਟ ਪਹਿਲਾਂ ਮੇਲਿਆਂ 'ਚ ਕਹਿੰਦੇ ਹੁੰਦੇ ਸੀ, ਇਹ ਫੈਡਰਲ ਦਾ ਪਰਮਿਟ ਹੈਗਾ, ਇੰਟਰਾ ਸਟੇਟ DOT ਦੇ ਨਾਲ ਹੀ ਇਹ ਅਪਲਾਈ ਹੁੰਦਾ ਹੈ। ਸੋ ਉਹਦੇ ਵਿੱਚ 7.5 ਲੱਖ ਦੀ ਇੰਸ਼ੋਰੈਂਸ ਜਿਹੜੀ ਹੈ ਉਹ ਫਾਈਲਿੰਗ ਕਰਵਾਉਣੀ ਪੈਂਦੀ ਹੈ। ਸੋ ਮੇਰੀ ਐਡਵਾਈਸ ਹੋਏਗੀ ਕਿ ਜੇਕਰ ਇਹ ਸਾਲ 'ਚ ਕੋਈ 10-15 ਵਾਰ ਉੱਧਰ ਜਾਂਦੇ ਆ ਤੇ ਫਿਰ ਇਹਨਾਂ ਨੂੰ ਇੰਟਰ ਸਟੇਟ ਅਥਾਰਟੀ ਬਕਾਇਦਾ ਅਪਲਾਈ ਕਰਨੀ ਚਾਹੀਦੀ ਹੈ, ਔਰ ਇੰਟਰ ਸਟੇਟ ਅਥਾਰਟੀ ਅਪਲਾਈ ਕਰਕੇ ਫਿਰ ਇਹ ਰੀਨੋ ਨਵਾਡਾ ਜਿਹੜਾ ਬਾਰਡਰ ਕ੍ਰੋਸ ਕਰ ਸਕਦੇ ਆ, ਜਿਹਦੇ ਵਿੱਚ ਇਹਨਾਂ ਨੂੰ ਆਪਣੀਆਂ ਪਲੇਟਸ ਜਿਹੜੀਆਂ ਉਹ ਪ੍ਰਪੋਰਸ਼ਨ ਕਰਾਉਣੀਆਂ ਪੈਣਗੀਆਂ, ਪਲੱਸ ਇਹਨਾਂ ਨੂੰ ਇਫਟਾ ਜਿਹੜਾ ਹੈਗਾ ਜਿਹਨੂੰ ਅਸੀਂ ਫਿਊਲ ਟੈਕਸ ਪਰਮਿਟ ਕਹਿੰਦੇ ਹਾਂ ਉਹ ਵੀ ਇਹਨਾਂ ਵਾਸਤੇ ਲੈਣਾ ਜਿਹੜਾ ਉਹ ਜ਼ਰੂਰੀ ਹੈ। ਠੀਕ ਹੈ ਜੀ, ਨਵਜੀਤ ਸਿੰਘ ਜੀ ਹੁਣ ਅੱਗੇ ਸੈਕਰਾਮੈਂਟੋ ਤੋਂ ਸਾਨੂੰ ਉਹਨਾਂ ਨੇ ਸਵਾਲ ਲਿਖ ਕੇ ਭੇਜਿਆ, ਔਰ ਉਹਨਾਂ ਦਾ ਜਿਹੜਾ ਸਵਾਲ ਹੈ ਉਹ ਕਹਿੰਦੇ ਨੇ ਕਿ ਮੈਂ ਹੁਣੇ ਹੁਣੇ ਇੱਕ ਟ੍ਰੇਲਰ ਖਰੀਦਿਆ ਤੇ ਕੀ ਮੈਨੂੰ ਕੈਲੀਫੋਰਨੀਆ ਵਿੱਚ ਇਸ ਨੂੰ ਰਜਿਸਟਰ ਕਰਾਉਣ ਸਮੇਂ ਟੈਕਸ ਦੇਣਾ ਪਏਗਾ? ਹਾਂਜੀ ਭਿੰਦਰ ਸਿੰਘ ਜੀ, ਇਹ ਵੀ ਇੱਕ ਬੜਾ ਕਾਮਨ ਸਵਾਲ ਹੈ, ਅਕਸਰ ਸਾਨੂੰ ਲੋਕ ਇਹ ਸਵਾਲ ਪੁੱਛਦੇ ਆ। ਇਹ ਇਹਦੇ ਵਿੱਚ 2 ਤਰ੍ਹਾਂ ਹੈ, ਜੇਕਰ ਟ੍ਰੇਲਰ ਇਹਨਾਂ ਨੇ ਬਿਲਕੁਲ ਕੈਲੀਫੋਰਨੀਆ ਵਿੱਚ ਰੱਖਣਾ ਹੈ, ਅਗਰ ਕੈਲੀਫੋਰਨੀਆ ਵਿੱਚ ਹੀ ਟ੍ਰੇਲਰ ਚਲਾਉਣਾ ਬਾਹਰ ਨਹੀਂ ਜਾਣਾ ਤਾਂ ਹਾਂ ਫਿਰ ਬਕਾਇਦਾ ਇਹਨਾਂ ਨੂੰ 8.5% ਦੇ ਕਰੀਬ ਜੋ ਕੈਲੀਫੋਰਨੀਆ ਸਟੇਟ ਦਾ ਜਾਂ ਜਿਸ ਵੀ ਸਿਟੀ 'ਚ ਰਹਿੰਦੇ ਆ ਉਹਦਾ ਜੋ ਵੀ ਟੈਕਸ ਹੈਗਾ ਕਰੀਬ ਕਰੀਬ 8.5% ਦੇ ਕਰੀਬ ਉਹ ਹੁੰਦਾ ਹੈ, ਉਹ ਇਹਨਾਂ ਨੂੰ ਪੇ ਕਰਕੇ ਫਿਰ ਆਪਣਾ ਕੈਲੀਫੋਰਨੀਆ ਦੀਆਂ ਲਾਇਸੈਂਸ ਪਲੇਟ ਮਿਲਣਗੀਆਂ ਔਰ ਕੈਲੀਫੋਰਨੀਆ ਟਰੱਕ ਉਹ ਜਿਹੜਾ ਟ੍ਰੇਲਰ ਹੈਗਾ ਉਹ ਰਜਿਸਟਰਡ ਹੋਏਗਾ। ਪਰ ਜੇਕਰ ਇਹ ਇੰਟਰ ਸਟੇਟ ਚੱਲਦੇ ਹਨ, ਜੇਕਰ ਇਹ ਕੈਲੀਫੋਰਨੀਆ ਤੋਂ ਬਾਹਰ ਚੱਲਦੇ ਹਨ ਤਾਂ ਫਿਰ ਬੋਰਡ ਆਫ ਵਿਕਲੇਸ਼ਨ ਦਾ ਇੱਕ ਪ੍ਰੋਗਰਾਮ ਹੈਗਾ ਜਿਹਨੂੰ ਅਸੀਂ ਟ੍ਰੇਲਰ ਐਗਜ਼ੈਂਪਸ਼ਨ ਕਹਿੰਦੇ ਹਾਂ, ਕੁਝ ਫਾਰਮ 106 ਐਗਜ਼ੈਂਪਸ਼ਨ ਫਾਰਮ ਹੁੰਦਾ ਜਿਹਦੇ ਵਿੱਚ ਕੁਝ ਫਾਰਮੈਲਿਟੀਜ਼ ਹੁੰਦੀਆਂ ਆ ਕਿ ਉਹ ਟ੍ਰੇਲਰ ਦੀ ਆਊਟ ਆਫ ਸਟੇਟ ਡਿਲੀਵਰੀ ਹੋਈ ਹੋਵੇ, ਉਹ ਟ੍ਰੇਲਰ ਦਾ ਜਿਹੜਾ ਟੋਟਲ ਆਪਰੇਸ਼ਨ ਪਹਿਲੇ 6 ਮਹੀਨੇ ਦਾ ਹੈਗਾ ਉਹ ਮੋਰ ਦੈਨ 50% ਇੰਟਰ ਸਟੇਟ ਹੋਵੇ, ਉਹ ਟ੍ਰੇਲਰ ਜਿਹੜਾ ਹੈ ਉਹ ਅਪੋਰਸ਼ਨ ਪਲੇਟਸ ਵਾਲੇ ਟਰੱਕ ਦੇ ਨਾਲ ਚੱਲਦਾ ਹੋਵੇ, ਔਰ ਜਿਹੜਾ ਉਹਦਾ ਪਹਿਲਾ ਯੂਜ਼ ਹੈ ਟ੍ਰੇਲਰ ਖਰੀਦਣ ਤੋਂ ਬਾਅਦ ਉਹ ਇੰਟਰ ਸਟੇਟ ਰਨ ਦੇ ਉੱਤੇ ਹੋਇਆ ਜਾਵੇ। ਸੋ ਕਾਫੀ ਡਿਟੇਲਡ ਚੀਜ਼ ਆ, ਮੈਂ ਜੇਕਰ ਮੈਂ ਤੁਹਾਨੂੰ ਸਮਝਾਉਣ ਲੱਗਾ ਤੇ ਬਹੁਤ ਲੰਬਾ ਸਮਾਂ ਇੱਥੇ ਲੱਗੇਗਾ, ਪਰ ਮੈਂ ਮੋਟੇ ਰੂਪ ਵਿੱਚ ਮੁਕਤਸਰ ਜੀ ਗੱਲ ਜੇਕਰ ਕਰਾਂ ਤੇ ਇਹ 4 ਫਾਰਮੈਲਿਟੀਜ਼ ਤੁਸੀਂ ਕੰਪਲੀਟ ਕਰਕੇ ਫਾਰਮ 106 ਜਿਹੜਾ ਹੈਗਾ ਉਹ ਬੋਰਡ ਆਫ ਵਿਕਲੇਸ਼ਨ ਨੂੰ ਸਬਮਿਟ ਕਰ ਸਕਦੇ ਹੋ।
ਦੋ ਦੋ ਚਾਰ ਪੰਜ ਦਿਨ ਦੇ ਵਿੱਚ ਬੋਰਡ ਰੈਗੂਲੇਸ਼ਨ ਜਿਹੜਾ ਜਾਂ ਕਈ ਵਾਰ ਦੂਜੇ ਦਿਨ ਵੀ ਜਾਂ ਸੇਮ ਡੇ ਵੀ ਕਈ ਵਾਰ ਤੁਹਾਨੂੰ ਫਾਰਮ 111 ਜਿਹੜਾ ਉਹਨੂੰ ਕੰਡੀਸ਼ਨਲ ਟੈਕਸ ਐਗਜ਼ੈਂਪਸ਼ਨ ਅਸੀਂ ਕਹਿੰਦੇ ਹਾਂ, ਉਹ ਕੰਡੀਸ਼ਨਲ ਟੈਕਸ ਐਗਜ਼ੈਂਪਸ਼ਨ ਯੈਲੋ ਕਰਨ ਦਾ ਫਾਰਮ ਹੁੰਦਾ ਉਹ ਤੁਹਾਨੂੰ ਦੇ ਦਿੰਦਾ, ਪਰ ਤੁਸੀਂ ਉਹ ਲਿਜਾ ਕੇ ਨਾਲ ਆਪਣਾ ਓਰੀਜਨਲ ਟਾਈਟਲ ਤੇ ਬਾਕੀ ਹੋਰ ਜਿਹੜੀਆਂ ਬਿਲ ਆਫ ਸੇਲ ਵਗੈਰਾ ਜਾਂ ਬਾਕੀ ਜਿਹੜੀਆਂ ਫਾਰਮੈਲਿਟੀਜ਼ ਹੁੰਦੀਆਂ ਉਹ ਤੁਸੀਂ ਡੀਐਮਬੀ ਲਿਜਾ ਕੇ ਇਹਨੂੰ ਟੈਕਸ ਐਗਜ਼ੈਂਪਟ ਕਰਾ ਸਕਦੇ ਹੋ, ਫਿਰ ਤੁਹਾਨੂੰ ਕੋਈ ਟੈਕਸ ਦੇਣ ਦੀ ਲੋੜ ਨਹੀਂ। ਪਰ ਉਹਦੇ ਵਿੱਚ ਇੱਕ ਸ਼ਰਤ ਜਿਹੜੀ ਬੜੀ ਜ਼ਰੂਰੀ ਹੈ ਕਿ ਤੁਹਾਡਾ 6 ਮਹੀਨੇ ਬਾਅਦ ਕਦੀ ਵੀ ਆਡਿਟ ਹੋ ਸਕਦਾ, 2 ਸਾਲ ਬਾਅਦ, ਸਾਲ ਬਾਅਦ, 1.5 ਸਾਲ ਬਾਅਦ ਬੋਰਡ ਆਫ ਕਲੀਸ਼ਨ ਜਿਹੜਾ ਆ ਉਹ ਤੁਹਾਡਾ, ਕੈਲੀਫੋਰਨੀਆ ਬੋਰਡ ਆਫ ਕਲੀਸ਼ਨ ਜਿਹੜਾ ਹੈਗਾ ਉਹ ਤੁਹਾਡਾ ਆਡਿਟ ਕਰਦਾ, ਔਰ ਆਡਿਟ ਦੇ ਵਿੱਚ ਉਹ ਦੇਖਦਾ ਹੈ ਕਿ ਤੁਸੀਂ ਵਾਕਿਆ ਹੀ ਪਹਿਲੇ 6 ਮਹੀਨੇ ਚ ਕੈਲੀਫੋਰਨੀਆ ਤੋਂ ਬਾਹਰ ਇੰਟਰਸਟੇਟ ਰਨ ਦੇ ਉੱਤੇ ਮੋਰ ਦੈਨ 50% ਚੱਲੇ ਹੋ ਜਾਂ ਨਹੀਂ ਚੱਲੇ ਹੋ। ਜੇਕਰ ਤੁਸੀਂ ਉਸ ਵਕਤ ਜਾ ਕੇ ਆਪਣੇ ਇਸ ਆਡਿਟ ਵਿੱਚ ਫੇਲ ਹੋ ਜਾਂਦੇ ਹੋ ਤਾਂ ਤੁਹਾਨੂੰ ਪੂਰਾ ਟੈਕਸ, ਪੂਰੀ ਪੈਨਲਟੀ ਔਰ ਪੂਰਾ ਜਿਹੜਾ ਜੁਰਮਾਨਾ ਹੈਗਾ ਜਾਂ ਪੂਰਾ ਜਿਹੜਾ ਤੁਹਾਨੂੰ ਇੰਟਰਸਟ ਹੈਗਾ ਉਹ ਪੇ ਕਰਨਾ ਪੈਂਦਾ, ਜਿਹੜਾ ਕਿ ਤੁਹਾਡੇ ਟੈਕਸ ਨਾਲੋਂ ਕਾਫੀ ਵੱਧ ਜਾਂਦਾ ਹੈ। ਪਰ ਜੇਕਰ ਤੁਸੀਂ ਉਹ ਪ੍ਰੋਪਰ ਪੇਪਰ ਵਰਕ ਸੰਭਾਲ ਕੇ ਰੱਖਦੇ ਹੋ ਤਾਂ ਫਿਰ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ, ਤੁਸੀਂ ਟੈਕਸ ਐਗਜ਼ੈਂਪਸ਼ਨ ਠੀਕ ਹੈ ਕਰਵਾ ਸਕਦੇ ਹੋ। ਅਸੀਂ ਬਹੁਤ ਟੈਕਸ ਐਗਜ਼ੈਂਪਸ਼ਨ ਕਰਾਈਦੀਆਂ, ਪਰ ਨਾਲ ਇਹ ਐਡਵਾਈਸ ਕਰੀਦਾ ਕਿ ਪਹਿਲੇ 6 ਮਹੀਨੇ ਦਾ ਜਿਹੜਾ ਪੇਪਰ ਵਰਕ ਹੈਗਾ ਉਹਨੂੰ ਪ੍ਰੋਪਰ ਤਰੀਕੇ ਨਾਲ ਸੰਭਾਲ ਕੇ ਉਹਨੂੰ ਫਾਈਲ ਵਿੱਚ ਲਾ ਕੇ ਰੱਖੋ। ਠੀਕ ਹੈ, ਅਗਲਾ ਸਵਾਲ ਜਿਹੜੀ ਲੈਂਦੇ ਹਾਂ ਜੀ ਉਹ ਹੈ ਸੈਨ ਫਰਾਂਸਿਸਕੋ ਤੋਂ ਵਰਿੰਦਰਜੀਤ ਸਿੰਘ ਨੇ ਸਾਨੂੰ ਸਵਾਲ ਕੀਤਾ ਤੇ ਉਹ ਕਹਿੰਦੇ ਨੇ ਕਿ ਮੈਂ ਬੋਟ ਤੇ ਟਰੱਕ ਚਲਾਉਂਦਾ, ਕੀ ਮੈਨੂੰ ਮੋਟਰ ਕੈਰੀਅਰ ਪਰਮਿਟ ਦੀ ਜ਼ਰੂਰਤ ਹੈ? ਨਹੀਂ, ਇੱਕ ਥੋੜਾ ਜਿਹਾ ਕਨਫਿਊਜ਼ਿੰਗ ਟਰਮ ਹੈਗੀ ਹੈ ਕਿਉਂਕਿ ਜਿਹੜੇ ਕੰਟੇਨਰਸ ਵਾਲੇ ਵੀਰ ਹੈ ਜਿਹੜੇ ਪੋਰਟ ਤੇ ਚੱਲਦੇ ਆ ਜਾਂ ਰੇਲ ਰੋਡ ਤੇ ਚੱਲਦੇ ਆ ਉਹ ਅਕਸਰ ਕੈਲੀਫੋਰਨੀਆ ਤੋਂ ਲੋਡ ਚੱਕ ਕੇ ਔਰ ਕੈਲੀਫੋਰਨੀਆ ਵਿੱਚ ਲਾਉਂਦੇ ਆ। ਮਿਸਾਲ ਦੇ ਤੌਰ ਤੇ ਜਿਵੇਂ ਉਹ ਓਕਲੈਂਡ ਤੋਂ ਕੰਮ ਕਰਦੇ ਆ, ਜਿਵੇਂ ਸੈਨ ਫਰਾਂਸਿਸਕੋ ਦੇ ਨਾਲ ਉਹਨਾਂ ਨੂੰ ਓਕਲੈਂਡ ਪੋਰਟ ਪੈਂਦੀ ਹੈ ਬਿਲਕੁਲ ਨਾਲ, ਤੋਂ ਬੜਾ ਜ਼ਰੂਰ ਮਤਲਬ ਸੁਭਾਵਿਕ ਆ ਕਿ ਉਹ ਓਕਲੈਂਡ ਪੋਰਟ ਤੇ ਚੱਲਦੇ ਹੋਣਗੇ। ਓਕਲੈਂਡ ਪੋਰਟ ਚੱਕ ਕੇ ਉਹ ਸਟਾਕਟਨ ਲੋਡ ਲਾਉਂਦੇ ਹੋਣਗੇ ਜਾਂ ਉਹ ਟ੍ਰੇਸੀ ਲੋਡ ਲਾਉਂਦੇ ਹੋਣਗੇ ਜਾਂ ਬੇਰੀਏ 'ਚ ਕਿਤੇ ਲੋਕ ਲੋਡ ਲਾਉਂਦੇ ਹੋਣਗੇ। ਸੋ ਦੇਖਣ ਨੂੰ ਇਹ ਇੰਟਰਾ ਸਟੇਟ ਆਪਰੇਸ਼ਨ ਲੱਗਦਾ ਕਿ ਕੰਟੇਨਰ ਜਿਹੜਾ ਆ ਅਸੀਂ ਉਹ ਓਕਲੈਂਡ 'ਚੋਂ ਚੱਕਦੇ ਹਾਂ ਔਰ ਅਸੀਂ ਬੇਰੀਏ ਲਾ ਦਿੰਦੇ ਹਾਂ ਜਾ ਕੇ ਕਿਤੇ, ਤੇ ਦੇਖਣ ਨੂੰ ਇੰਟਰਾ ਸਟੇਟ ਆਪਰੇਸ਼ਨ ਲੱਗਦਾ ਹੈ ਕਿ ਇੱਕ ਸਟੇਟ ਦੇ ਅੰਦਰ ਆਪਰੇਸ਼ਨ ਹੋ ਰਿਹਾ, ਔਰ ਇੰਟਰਾ ਸਟੇਟ ਆਪਰੇਸ਼ਨ ਵਾਸਤੇ ਮੋਟਰ ਕੈਰੀਅਰ ਪਰਮਿਟ ਜਿਹੜਾ ਆ ਉਹ ਇੱਕ ਬੜੀ ਜ਼ਰੂਰੀ ਰਿਕੁਆਇਰਮੈਂਟ ਹੈ। ਸੋ ਦੇਖਣ ਨੂੰ ਮੋਟੇ ਰੂਪ ਵਿੱਚ ਇਹ ਚੀਜ਼ ਇਸ ਤਰ੍ਹਾਂ ਸਾਹਮਣੇ ਆਉਂਦੀ ਹੈ, ਪਰ ਅਸਲੀਅਤ ਇਹ ਨਹੀਂ ਹੈ। ਅਸਲੀਅਤ ਥੋੜੀ ਜਿਹੀ ਦੂਰ ਹੈ ਇਸ ਤੋਂ ਕਿ ਕੰਟੇਨਰ ਅਸੀਂ ਬੇਸ਼ੱਕ ਓਕਲੈਂਡ ਤੋਂ ਚੁੱਕਦੇ ਹਾਂ, ਪਰ ਕੰਟੇਨਰ ਦੇ ਅੰਦਰ ਜਿਹੜਾ ਮਟੀਰੀਅਲ ਹੈ, ਜਿਹੜਾ ਅੰਦਰ ਉਹਦੇ ਕੰਟੈਂਟ ਹੈ ਜਾਂ ਉਹਦੇ ਅੰਦਰ ਜਿਹੜੀ ਕਮੋਡਿਟੀ ਹੈ ਜਾਂ ਉਹਦੇ ਅੰਦਰ ਜਿਹੜਾ ਮਾਲ ਹੈ ਉਹ ਓਕਲੈਂਡ ਤੋਂ ਅਸੀਂ ਨਹੀਂ ਚੁੱਕਦੇ। ਔਰ ਆਪਰੇਸ਼ਨ ਜਿਹੜਾ ਆ ਉਹ ਟ੍ਰੇਲਰ ਦੀ ਬਾਡੀ ਦੇ ਨਾਲ ਨਹੀਂ ਡਿਫਾਈਨ ਹੁੰਦਾ, ਉਹ ਅੰਦਰ ਵਿੱਚ ਪਏ ਸਮਾਨ ਦੇ ਨਾਲ ਡਿਫਾਈਨ ਹੁੰਦਾ ਹੈ। ਜੇਕਰ ਉਹ ਸਮਾਨ ਇੰਟਰ ਸਟੇਟ ਆਪਰੇਸ਼ਨ ਕਰਦਾ ਹੈ, ਜੇਕਰ ਉਹ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਜਾਂਦਾ ਜਾਂ ਇੱਕ ਕੰਟਰੀ ਤੋਂ ਦੂਜੀ ਕੰਟਰੀ ਵਿੱਚ ਜਾਂਦਾ ਹੈ ਤਾਂ ਉਹ ਇੰਟਰਾ ਸਟੇਟ ਆਪਰੇਸ਼ਨ ਵਿੱਚ ਨਹੀਂ ਆਉਂਦਾ। ਸੋ ਜੇਕਰ ਉਹ ਟ੍ਰੇਲਰ ਜਿਹੜਾ ਹੈ, ਕੰਟੇਨਰ ਜਿਹੜਾ ਆ ਉਹ ਓਹਾਇਓ ਤੋਂ ਆਇਆ ਜਾਂ ਟੈਕਸਸ ਤੋਂ ਆਇਆ ਤੇ ਤੁਸੀਂ ਓਕਲੈਂਡ ਤੋਂ ਚੱਕ ਕੇ ਅੱਗੇ ਬੇਰੀਏ ਡਿਲੀਵਰ ਕੀਤਾ ਤੇ ਐਕਚੁਅਲ ਵਿੱਚ ਉਹ ਕੰਟੇਨਰ ਓਕਲੈਂਡ ਤੋਂ ਨਹੀਂ ਚੱਲਿਆ, ਉਹ ਕੰਟੇਨਰ ਟੈਕਸਸ ਤੋਂ ਚੱਲਿਆ, ਜਾਂ ਕਹਿ ਲਓ ਕਿ ਉਹ ਕੰਟੇਨਰ ਅਗਰ ਚਾਈਨਾ ਤੋਂ ਆਇਆ ਜਾਂ ਕੋਰੀਆ ਤੋਂ ਆਇਆ ਜਾਂ ਇੰਡੀਆ ਤੋਂ ਆਇਆ ਤਾਂ ਕੰਟੇਨਰ ਐਕਚੁਅਲੀ ਇੰਟਰਨੈਸ਼ਨਲੀ ਟਰੈਵਲ ਕਰ ਚੁੱਕਾ ਆ। ਤੁਸੀਂ ਉਹਨੂੰ ਓਕਲੈਂਡ ਤੋਂ ਚੱਕ ਕੇ ਉਹਨੂੰ ਤੁਸੀਂ ਬੇਰੀ ਵਿੱਚ ਨਹੀਂ ਲਾਇਆ, ਬਲਕਿ ਉਹ ਕੰਟੇਨਰ ਚਾਈਨਾ ਤੋਂ ਚੱਲ ਕੇ ਬੇਰੀ ਵਿੱਚ ਪਹੁੰਚਿਆ। ਸੋ ਇਹ ਇੰਟਰਾ ਸਟੇਟ ਆਪਰੇਸ਼ਨ ਨਹੀਂ ਹੈ, ਇਹ ਇੰਟਰ ਸਟੇਟ ਆਪਰੇਸ਼ਨ ਆ। ਸੋ ਉਸ ਕੰਡੀਸ਼ਨ ਦੇ ਵਿੱਚ ਅਗਰ ਉਹ ਟ੍ਰੇਲਰ ਹੌਲ ਕਰਦੇ ਆ, ਕੰਟੇਨਰ ਹੌਲ ਕਰਦੇ ਆ ਆਪਣੇ ਟਰੱਕ ਦੇ ਪਿੱਛੇ, ਤਾਂ ਉਹਨਾਂ ਨੂੰ ਮੋਟਰ ਕੈਰੀਅਰ ਪਰਮਿਟ ਦੀ ਬਾਇਲਾ ਜ਼ਰੂਰਤ ਨਹੀਂ, ਪਰ ਹਾਂ ਉਹਨਾਂ ਨੂੰ ਇੰਟਰ ਸਟੇਟ ਡੀਓਟੀ ਦੇ ਨਾਲ ਐਮਸੀ ਪਰਮਿਟ, ਇਹ ਥੋੜਾ ਜਿਹਾ ਕਨਫਿਊਜ਼ਿੰਗ ਟਰਮ ਹੈਗੀ ਕਿਉਂਕਿ ਉਹ ਕੈਲੀਫੋਰਨੀਆ ਮੋਟਰ ਕੈਰੀਅਰ ਪਰਮਿਟ ਜਿਹੜਾ ਉਹ ਕੈਲੀਫੋਰਨੀਆ ਦਾ ਹੈ, ਪਰ ਜਿਹੜਾ ਐਮਸੀ ਪਰਮਿਟ ਹੈ ਉਹ ਫੈਡਰਲ ਦਾ ਪਰਮਿਟ ਹੈ, ਜਿਹਨੂੰ ਅਸੀਂ ਥੋੜਾ ਜਿਹਾ ਇਸ ਕਰਕੇ ਚੇਂਜ ਕਰਨ ਲਈ ICC ਪਰਮਿਟ ਵੀ ਕਹਿ ਦਿੰਦੇ ਹਾਂ, ਤਾਂ ਕਿ ਜਿਹੜੇ ਸੁਣਨ ਵਾਲੇ ਆ ਜਾਂ ਜਿਹੜੇ ਦਰਸ਼ਕ ਆ ਜਿਹੜੇ ਯੂਜ਼ ਕਰਨ ਵਾਲੇ ਲੋਕ ਆ ਉਹਨਾਂ ਨੂੰ ਥੋੜੀ ਜਿਹੀ ਕਲੈਰਿਟੀ ਹੋ ਜਾਏ। ਸੋ ਜਿਹੜਾ ਐਮਸੀ ਪਰਮਿਟ ਹੈ ਜਿਹਨੂੰ ਅਸੀਂ ਪੁਰਾਣੇ ਵੇਲੇ 'ਚ ICC ਕਹਿੰਦੇ ਸੀ, ਉਹ ਤੁਹਾਨੂੰ ਕੰਟੇਨਰ ਆਪਰੇਸ਼ਨ ਵਾਸਤੇ ਲੈਣਾ ਜ਼ਰੂਰੀ ਹੈ, ਪਰ ਜਿਹੜਾ ਕੈਲੀਫੋਰਨੀਆ ਦਾ ਮੋਟਰ ਕੈਰੀਅਰ ਪਰਮਿਟ ਜਿਹਨੂੰ ਅਸੀਂ CA ਪਰਮਿਟ ਵੀ ਆਮ ਲਫ਼ਜ਼ਾਂ ਵਿੱਚ ਕਹਿੰਦੇ ਆ, ਉਹ ਪਰਮਿਟ ਦੀ ਕੰਟੇਨਰ ਆਪਰੇਸ਼ਨ ਵਾਸਤੇ ਜਾਂ ਰੇਲ ਰੋਡ ਦੇ ਆਪਰੇਸ਼ਨ ਵਾਸਤੇ ਜਾਂ ਪੋਰਟ ਦੇ ਆਪਰੇਸ਼ਨ ਵਾਸਤੇ ਇਹਦੀ ਲੋੜ ਨਹੀਂ ਹੈ। ਠੀਕ ਹੈ ਟਾਣਾ ਸਾਹਿਬ, ਅੱਜ ਲਈ ਫਿਲਹਾਲ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਾਂਗੇ ਤੁਹਾਡਾ, ਕਿਉਂਕਿ ਸਾਡੇ ਜਿਹੜੇ ਦਰਸ਼ਕ ਨੇ ਉਹ ਲਗਾਤਾਰ ਸਾਨੂੰ ਸਵਾਲ ਭੇਜਦੇ ਨੇ ਔਰ ਤੁਸੀਂ ਉਹਨਾਂ ਦਾ ਜਵਾਬ ਦਿੰਦੇ ਹੋ, ਉਹਦੇ ਲਈ ਵੀ ਧੰਨਵਾਦ। ਔਰ ਜਿਸ ਤਰ੍ਹਾਂ ਤੁਸੀਂ ਬਖੂਬੀ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰਦੇ ਹੋ, ਟਰੱਕ ਭਰਾਵਾਂ ਲਈ ਜਿਹੜੇ ਡਰਾਈਵਰ ਭਰਾ ਨੇ ਉਹਨਾਂ ਲਈ ਸਾਂਝੀ ਕਰਦੇ ਹੋ, ਉਹ ਵੀ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਕਿ ਤੁਸੀਂ ਸਾਨੂੰ ਆਪਣਾ ਸਮਾਂ ਦਿੰਦੇ ਹੋ। ਫਿਲਹਾਲ
ਅੱਜ ਦੇ ਦਿਨ ਦੇ ਲਈ ਇਸ ਸ਼ੋਅ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਡਾ ਸਾਥ ਦੇਣ ਦੇ ਲਈ ਔਰ ਉਮੀਦ ਕਰਦੇ ਹਾਂ ਕਿ ਜਿਹੜੇ ਸਵਾਲਾਂ ਦੇ ਜਵਾਬ ਤੁਸੀਂ ਦਿੱਤੇ ਨੇ ਸਾਡੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਣਗੇ ਔਰ ਉਹਨਾਂ ਨੂੰ ਵੀ ਬਹੁਤ ਚੰਗਾ ਲੱਗੇਗਾ ਕਿ ਜਦੋਂ ਤੁਸੀਂ ਐਵੇਂ ਦੇ ਆਪਣੀ ਇਨਫੋਰਮੇਸ਼ਨ ਸਾਰਿਆਂ ਨਾਲ ਸਾਂਝੀ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਰਜਿੰਦਰ ਸਿੰਘ ਟਾਂਡਾ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਸੋ ਨੋਟ ਤੁਹਾਡਾ ਅਮਰੀਕਨ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜੀ ਨੋਟ ਅਮਰੀਕਨ ਟਰਕਿੰਗ ਸ਼ੋਅ ਵਿੱਚ ਫਿਲਹਾਲ ਅੱਜ ਦੇ ਲਈ ਬਸ ਇਹਨਾਂ ਹੀ ਜੇਕਰ ਤੁਹਾਡੇ ਮਨ ਵਿੱਚ ਕੋਈ ਸਵਾਲ ਉਭਰੇ ਹੋਏ ਨੇ ਤਾਂ ਜ਼ਰੂਰ ਸਾਡੇ ਤੱਕ ਲਿਖ ਭੇਜੋ ਅਸੀਂ ਜ਼ਰੂਰ ਆਪਣੇ ਤਜਰਬੇਕਾਰ ਜਿਹੜੇ ਸਾਡੇ ਸਾਥ ਨਾਲ ਜੁੜਨਗੇ ਮਹਿਮਾਨ ਅਸੀਂ ਉਹਨਾਂ ਨਾਲ ਜ਼ਰੂਰ ਸਾਂਝੇ ਕਰਾਂਗੇ ਰਜਿੰਦਰ ਸਿੰਘ ਟਾਂਡਾ ਸਾਹਿਬ ਕੋਲ ਪਹੁੰਚਾਂਗੇ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਵੀ ਇਹ ਲੋਕ ਹੀ ਦੇਣਗੇ ਸਾਡਾ ਈਮੇਲ ਐਡਰੈਸ ਹੈ editorglobal@cktimetv.com ਮੇਰਾ ਫੋਨ ਨੰਬਰ ਹੈਗਾ 2092753038 ਇੱਕ ਵਾਰ ਫਿਰ ਤੁਸੀਂ ਨੋਟ ਕਰ ਲਓ 209-275-3038 ਫਿਲਹਾਲ ਨੋਟ ਮਾਰਕਿੰਗ ਟਰਕਿੰਗ ਸ਼ੋਅ ਵਿੱਚ ਅੱਜ ਦੇ ਲਈ ਬਸ ਇਹਨਾਂ ਹੀ ਮੈਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਨੋਰਥ ਅਮਰੀਕਾ ਦੇ ਨਾਲ ਧੰਨਵਾਦ।